ਮਰਸੀਆ ਦੇ ਬੱਚੇ ਸਾਡੇ ਸ਼ੇਖਾਂ ਦੇ ਬੱਚੇ ਮੁਸਲਮਾਨਾਂ ਦੇ ਕਕਰਾਲੀ ਦੇ ਬੱਚੇ ਪਟੋਲੀ ਮੁਸਲਮਾਨਾਂ ਦਾ ਪਿੰਡ ਸੀ ਉੱਥੇ ਦੇ ਬੱਚੇ ਸਾਡੇ ਪੜ੍ਹਦੇ ਰਹੇ ਕੋਈ ਬੁਰੂ ਬੁਰੂ ਹੀ ਦੇ ਬੱਚੇ ਮੈਨੂੰ ਉਹਨਾਂ ਦਾ ਜਿਆਦਾ ਸਾਹੂ ਲੰਗੜਾ ਥਾ ਉਹਦਾ ਛੋਟਾ ਭਰਾ ਨਜਰੂ ਥਾ ਉਹ ਵੀ ਦੋ ਆਉਂਦੇ ਸੀ ਸਾਡ ਪੜ੍ਹਦੇ ਹੁੰਦੇ ਸੱਚੀ ਤੇ ਫਿਰ ਇੱਕ ਗੁਜਰ ਬਸੋਆ ਪਿੰਡ ਹੈ ਉੱਥੇ ਦੇ ਵੀ ਪੜ੍ਹਦੇ ਹੁੰਦੇ ਬशीर अहमद ਪੜ੍ਹਦਾ ਹੁੰਦਾ ਥਾ ਗੁਜਰਾਂ ਦੇ ਮੁੰਡੇ ਬਲੀ ਮਹਮਦ ਮੇਰੇ ਵੱਡੇ ਭਰਾ ਨਾਲ ਪੜਦਾ ਹੁੰਦਾ ਤਾਂ ਫਿਰ ਇੱਕ ਕਹਾਲੇ ਕਿ ਕਾਲਾ ਸੈਨਾ ਤਾਂ ਗੋਰਾ ਸੈਨਾ ਦੋ ਸੇ ਮੈਨੂੰ ਪੜਾਇਆ ਵੀ ਮੌਲਵੀਆਂ ਨੇ ਮਸਤੀ ਵਾਲਦੇ تھے ਅਤਾ ਮਹਮਦ ਜੀ ਉਹਨਾਂ ਨੇ ਮੇਰੇ ਪਿਤਾ ਜੀ ਨੂੰ ਵੀ ਪੜਾਇਆ ਤਾਂ ਇੱਕ ਸ਼ਾਹ ਮੁਹੰਮਦ ਦੇ ਉਹ ਮੱਕਾ ਜਾ ਕੇ ਕਿੱਥੇ ਜਾਂਦੇ ਆਪਣਾ ਤੁਰਕੀ ਟੋਪੀ ਲਾਉਂਦੇ ਹੁੰਦੇ تھے ਬੁੱਧੀ ਵਾਲੀ ਉਹ ਲੈਕਚਰ ਕਰਦੇ ਹੁੰਦੇ ਤੇ ਮਾਰਨਿੰਗ ਅਸੈਂਬਲੀ ਤੇ ਬਾਤਾਂ ਦੇ ਸਾਰੇ ਜਿਹੜਾ ਆਉਂਦੇ ਉਰਦੂ ਚ ਸਲਵਾਰ ਲਾਉਂਦੇ ਹੁੰਦੇ ਥੇ ਇੱਕ ਫਿਰ ਸ਼ੇਖਾਂ ਤੋਂ ਲੱਗਾ ਸ਼ੇਖਾਂ ਪਿੰਡਾ ਛੋਟਾ ਜਿਹਾ ਮੁਸਲਮਾਨਾਂ ਦਾ ਉੱਥੇ ਦੇ ਆਉਂਦੇ ਥੇ ਨਵੀ ਬਖਸ਼ ਜੀ ਚਿੱਟੀ ਘੋੜੀ ਪਰ ਚਿੱਟੀ ਸਲਵਾਰ ਚਿੱਟੀ ਪਾਜੋੜਾਂ ਜਿਹੜੀ ਦਾੜੀ ਸੀ ਉਹ ਉਹਦੇ ਨਾਲ ਰੰਗੀ ਹੁੰਦੀ ਸੀ ਪਹਿਲਾ ਮੋਰਚਾ ਜਿਹੜਾ ਮਸਤੀ ਵਾਲ ਲੱਗਾ ਥਾ ਸਭ ਤੋਂ ਪਹਿਲਾਂ ਪੰਜਾਬ ਚ ਸਭ ਤੋਂ ਪਹਿਲਾਂ ਇਦਰ ਨਜ਼ਾਰੇ ਜਿਹੜੇ ਥੇ ਉਹ ਪਹੁੰਚ ਜਾਂਦੇ ਸੀ ਨਜ਼ਾਰੇ ਉਦੋਂ ਉਹ ਪਾਸੇ ਏਲੀ ਏਲੀ ਦੇ ਜਾਕਾਰੇ ਲੱਗਦੇ ਸੀ ਮਸਤੀ ਵਾਲਾ ਪਾਸੇ ਇਹ ਫਿਰ ਕਿਆ ਹੋਇਆ ਵੀ ਇਦਰੋਂ ਵੀ ਇਕੱਠੇ ਹੋ ਗਏ ਉਹ ਵੀ ਤਿਆਰ ਥੇ ਮੁਸਲਮਾਨ ਵੀ ਉਹਨਾਂ ਕੋਲ ਥੇ ਬੜ ਬੜੇ ਲੰਮੇ ਪਰਸ਼ੇ ਮੁਸਲਮਾਨਾਂ ਕੋ ਇਹ ਤਿੰਨ 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 ਸਾਢੇ ਤਿੰਨ ਫੁੱਟੀਆਂ ਕਿਰਪਾਨਾਂ ਥੀਆਂ ਇੱਕ ਚਾਂਗ ਬਸਉਆਂ ਤੇ ਮੋਹਨ ਸਿੰਘ ਇੱਕ ਉਹੋ ਇੱਕ ਘਟਾਲੀਆਂ ਇਥੇ ਦਾ ਜੱਟ ਉਹ ਤਾਂ ਬਾਅਦ ਚ ਪਤਾ ਲੱਗਾ ਨਾ ਇੱਕ ਮਾਗੇ ਦਾ ਇੱਕ ਗੜ ਦਾ ਇਹ ਚਾਰ ਥੇ ਇਹਨਾਂ ਦਾ ਪਿੱਠਾ ਜੋੜ ਲਈਆਂ ਪਰ ਉਹ ਲੰਮੇ ਪਰਛੇ ਤੇ ਉਹਨਾਂ ਅੱਗੇ ਕਿਰਪਾਨ ਦਾ ਕਿਹਾ ਜਾਵੇ ਉਹਨਾਂ ਨੇ ਚਾਰੇ ਇਹ ਪਰਸ਼ਿਆਂ ਨਾਲ ਬੰਨ ਦਿੱਤੇ ਫਿਰ ਖੂਨ ਤੋਂ ਜਨਾਨੀਆਂ ਕੁੜੀਆਂ ਬੜੀਆਂ ਜਵਾਨਾਂ ਸੱਤ ਅੱਠ ਕੁੜੀਆਂ ਹੀਆਂ ਇੱਕ ਗਲੀ ਦਿੱਤਾ ਸਾਡੇ ਪਿੰਨੇ ਕਾਲੀਆਂ ਦੀ ਗਲੀ ਐ ਖਾਇ ਅੱਲਾ ਦੇ ਖੂਨ ਕਿਸ ਦਾ ਹੈ ਖਾਇ ਅੱਲਾ ਦੇ ਖੂਨ ਕਿਸ ਦਾ ਮੈਨੂੰ ਅਸੀਨ ਆਉਂਦਾ ਤਾਂ ਮੈਨੂੰ ਰੋਣਾ ਆਉਂਦਾ ਚੇਤਾ ਉਹ ਆ ਮਝਾ ਸਾਰੀਆਂ ਫਿਰ ਰਾਤ ਉੱਤੇ ਰੱਖੀਆਂ ਪ੍ਰਧਾਨਾ ਰਾਮ ਨੇ ਪੇਰਾ ਲਿਆ ਉਹਨਾਂ ਤੇ ਕਿ ਇਹਨਾਂ ਨਾਲ ਕੋਈ ਗੈਰ ਹਰਕਤ ਨਾ ਕਰੇ ਕੋਈ ਵੈਸੀ ਰਾਤ ਨੂੰ ਸਕੂਨ ਰੱਖੀਆਂ ਸਵੇਰੇ ਫਿਰ ਹਰਿਆਣਾ ਕੈਂਪ ਚ ਪਜਾਈ ਮੰਨ ਤੜ ਬੜਾ ਦੇਖੋ ਸਦੀਆਂ ਤੇ ਇਕੱਠੇ ਰਹਿੰਦੇ ਸਦੀਆਂ ਤੇ ਇਕੱਠੇ ਰਹਿੰਦੇ ਉਹਨਾਂ ਨੇ ਕਦਾ ਸੋਚਿਆ ਬਈ ਘਰ-ਬਾਰ ਜ਼ਮੀਨਾਂ ਛੱਡ ਕੇ ਚੱਲ ਜਾਣਾ ਕਹਿੰਦਾ ਸੋਚਿਆ ਸੀ ਉਹਨਾਂ ਨੇ ਲੈਵਰ ਦੇ ਨੇਵਰ ਥੋਟ ਵੀ ਦੋ ਬਲੇ خدا ਦੀ ਕੁਦਰਤ ਐਸਾ ਕਿਆ ਸੋਈ ਹਦੋਂ ਤੋਂ ਹੁੰਦਾ ਕੋਈ ਨਾ ਰੋ ਮਿਲਦਾ ਉਹ ਕਿਆ ਕਰੀਏ ਮੈਨੂੰ ਜਦੋਂ ਉਹ ਯਾਦ ਆਉਂਦੀ ਹੈ ਵੈਨ ਆਫਨ ਆਈ ਰਿਮੈਂਬਰ ਉਹ ਥੀਂ ਜਿਹੜੇ ਹੈਗੇ ਉਹ ਮੈਂ ਤੁਹਾਨੂੰ ਕਿਆ ਦੱਸਾਂ ਜਿਹੜਾ ਬੰਦ ਦਾ ਫਿਰ ਬੇਲੇ ਜਿਹੜਾ ਅਗਰਤ ਮਹੀਨਾ ਹੋਇਆ ਉਹ ਮੇਤੇ ਨਾ ਪੁੱਛੋ ਮੈਨੂੰ ਰੋਣਾ ਆ ਜਾਂਦਾ ਜੋ ਸਤਿਉ ਵੀ ਮੈਂ ਭਾਈ ਹੈ ਨਾ ਹੋ ਸਕਦਾ ਉਹ ਵੀ ਤੇ ਮੈਂ ਹੁਣ ਕਿਆ ਕਰਾਂ ਮੈਂ ਤਾਂ ਹੁਣ ਇੱਕੋ ਹੀ ਫਿਕਰਾ ਕਰਦਾ ਨਾ ਕੋਈ ਰਹਾ ਹੈ ਨਾ ਕੋਈ ਰਹੇਗਾ ਫક્ત ਨਾਮ ਅੱਲਾ ਹੀ ਅੱਲਾ ਰਹੇਗਾ ਹੋਰ ਹੈ ਨਾ ਰਹਿਣਾ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਲਾਮ ਨਮਸਕਾਰ ਮੈਂ ਤੁਹਾਡਾ ਆਪਣਾ ਹਰਜੀਤ ਸਿੰਘ ਜੜਿਆਲਾ ਤੇ ਦੋਸਤੋ 1947 ਦੇ ਇੱਕ ਨਵੇਂ ਗਵਾਹ ਨੂੰ ਲੱਭਦੇ ਲਵਾਉਂਦੇ ਜੀ ਸਾਡੀ ਟੀਮ ਆਈ ਆ ਜੀ ਅੱਜ ਗੜਦੀ ਵਾਲਾ ਤੇ ਸਾਡੇ ਨਾਲ ਜੀ ਇੱਕ ਮਹਾਨ ਸ਼ਖਸੀਅਤ ਨੇ ਜੀ ਜਿਹੜੇ ਕਿ ਸੁਖਦੇਵ ਸਿੰਘ ਡੋਗਰਾ ਜੀ ਤੇ ਜਿਹੜੇ ਕਿ ਪੁਰਾਣੇ ਸਾਰਿਆਂ ਤੋਂ ਪੁਰਾਣੇ ਉਰਦੂ ਦੇ ਪੱਤਰਕਾਰ ਨੇ ਜੀ ਗੜਦੀ ਹਾਲ ਤੋਂ ਤੇ ਇਸ ਵੇਲੇ ਜਿਹੜੇ ਮੌਜੂਦਾ ਆ ਪਾਇਨੀਅਰ ਅੰਗਰੇਜ਼ੀ ਦਾ ਜਿਹੜਾ ਖਬਰ ਅੰਗਰੇਜ਼ੀ ਵਾਲੇ ਵੀ ਮੇਰੇ ਕੋਲ ਬਾਕੀ ਸਾਰੀਆਂ ਨੂੰ ਜਾਣਦੇ ਤੇ ਉਹਨਾਂ ਦੇ ਵੀ ਇਸ ਵੇਲੇ ਜੀ ਪੱਤਰਕਾਰ ਨੇ ਤੇ ਇਹ ਪੁਰਾਣਾ ਪਿੰਡ ਜੀ ਇਹਨਾਂ ਦਾ ਹੈਗਾ ਜੀ ਪਟਨਾ ਤੇ ਕਰਦੇ ਆਂ ਜੀ ਬਾਬਾ ਜੀ ਨਾਲ ਵੀ 1947 ਦੀਆਂ ਜਿਹੜੀਆਂ ਯਾਦਾਂ ਆ ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਹਾਂਜੀ ਬਾਬਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਅੱਛਾ ਨਾਂ ਕੀ ਤੁਹਾਡਾ ਜੀ ਸੁਖਦੇਵ ਸਿੰਘ ਟੋਗਰਾ ਤੇ ਤੁਹਾਡੇ ਫਾਦਰ ਸਾਹਿਬ ਦਾ ਬਾਬਾ ਦਿੱਤਾ ਬਾਬਾ ਦਿੱਤਾ ਆਪਣੀ ਬਰਾਦਰੀ ਕਿਹੜੀ ਹੈ ਜੀ ਰਾਜਪੂਤ ਰਾਜਪੂਤ ਠਾਕੁਰ ਠਾਕੁਰ ਹਾਂਜੀ ਅੱਛਾ ਬਾਬਾ ਜੀ ਜਿਹੜਾ ਪਿੰਡ ਪਟਨਾ ਆ ਨਾ ਹਾਂਜੀ ਉਹ ਜੱਦੀ ਪੁਛਤੀ ਤੁਹਾਡਾ ਪਿੰਡ ਜੱਦੀ ਪਿੰਡ ਜੱਦੀ ਪੁੱਛਤੀ ਹੈ ਨਾ ਜੱਦੀ ਪਿੰਡ ਅੱਛਾ ਜੀ ਉਹਦੇ ਲਾਗੇ ਲਾਗੇ ਦੋ ਚਾਰ ਪਿੰਡਾਂ ਦੇ ਨਾਮ ਦੱਸਿਓ ਤਾਂ ਭਾਨੋਵਾਲ ਰਾਜਪੂਤਾਂ ਦਾ ਪਿੰਡ ਆ ਉਹ ਵੀ ਸਾਡੀ ਬਰਾਦਰੀ ਦਾ ਅੱਛਾ ਜੀ ਫਤਿਹਪੁਰ ਨਾਲ ਹੈ ਹੂੰ ਕਿਉਂਕਿ ਸਕੂਲ ਫਤਿਹਪੁਰ ਪਟਨਾ ਬੋਲਦਾ ਇਕੱਠਾ ਹੀ ਆ ਅੱਜ ਜਿਹੜਾ ਗਵਰਨਮੈਂਟ ਦਾ ਦਾਖਾਣਾ ਵੀ ਫਤਿਹਪੁਰ ਪਟਨਾ ਅੱਛਾ ਜੀ ਫਿਰ ਛਟਿਆਲ ਹੈ ਤੇ ਭੰਬੋਵਾਲ ਬਾਕੇ ਮਸਤੀਆਲ ਹੁੰਦਾ ਥਾ ਹੂੰ ਮੁਸਲਮਾਨਾਂ ਦੇ ਬੀਲੇ ਵੱਡਾ ਪਿੰਡ ਮੁਸਲਮਾਨਾਂ ਦਾ ਪਿੰਡ ਸੀ ਹਾਂ ਮੁਸਲਮਾਨਾਂ ਦਾ ਅੱਛਾ ਜੀ ਸਭ ਤੋਂ ਵੱਡਾ ਪਿੰਡ ਸੀ ਸਾਡੇ ਇਲਾਕੇ ਚ ਅੱਛਾ ਜੀ ਉਹ ਉਹ ਸੀ ਠੀਕ ਆ ਬਾਬਾ ਜੀ ਜਦੋਂ 1947 ਆਈ ਆ ਨਾ ਹਾਂ ਵੰਡ ਹੋਈ ਆ ਹਾਂ ਉਮਰ ਕਿੰਨੀ ਸੀ ਤੁਹਾਡੀ ਉਸ ਵੇਲੇ ਨਾ ਇਹ ਵਾਰ ਰੀਡਿੰਗ ਇਨ ਲੋਅਰ ਮਿਡਲ ਲੋਅਰ ਮਿਡਲ ਮੈਂ ਪੜਦਾ ਥਾ ਅੱਛਾ ਛਾ ਚਾ ਟੀ கிਲਾਸ ਵਿੱਚ ਛਾ ਟੀ கிਲਾਸ ਹਾਂ ਠੀਕ ਆ ਤੇ ਉਮਰ ਕਿੰਨੀ ਸੀਗੀ ਉਦੋਂ ਮੇਰਾ ਜਨਮ ਦਿ ਇਹ ਤੁਸੀਂ ਲਾ ਲਓ ਸਾਹਿਬ 28 ਅਕਤੂਬਰ 1934 ਦਾ ਉਹ ਲਾ 13ਵਾਂ ਸਾਲ ਦਾ ਮੇਰੇ ਖਿਆਲ ਹੈ ਅੱਛਾ ਜੀ ਮਨ ਲ ਸਭ ਕੁਝ ਸਮਝ ਆ ਪਾ ਕਿ ਕਿਦਾਂ ਉਜੜ ਕੇ ਗਏ ਹਨਾ ਦੇਖੋ ਜੀ ਮੈਨੂੰ ਸਾਨੂੰ ਮੈਨੂੰ ਪੜਾਇਆ ਵੀ ਮੌਲਵੀਆਂ ਦਾ ਹਮ ਮਸਤੀ ਵਾਲਦੇ ਥੇ ਅਤਾ ਮੁਹੰਮਦ ਜੀ ਉਹਨਾਂ ਨੇ ਮੇਰੇ ਪਿਤਾ ਜੀ ਨੂੰ ਵੀ ਪੜਾਇਆ ਥਾ ਅੱਛਾ ਜੀ ਇਕ ਸ਼ਾਹ ਮੁਹੰਮਦ ਦੇ ਉਹ ਮੱਕਾ ਜਾ ਕੇ ਕਿੱਥੇ ਜਾਂਦੇ ਆਪਣੇ ਤੁਰਕੀ ਟੋਪੀ ਲਾਉਂਦੇ ਹੁੰਦੇ ਥੇ ਬੋਦੀ ਵਾਲੀ ਉਹ ਲੈਕਚਰ ਕਰਦੇ ਹੁੰਦੇ ਸੇ ਮਾਰਨਿੰਗ ਅਸੈਂਬਲੀ ਤੇ ਬਾਅਦ ਸਾਨੂੰ ਅੱਛਾ ਜੀ ਸਾਰੇ ਸਟਾਫ ਨੂੰ ਉਰਦੂ ਚ ਸਲਵਾਰ ਲਾਉਂਦੇ ਹੁੰਦੇ ਸੇ ਹਮ ਇੱਕ ਫਿਰ شیخਾਂ ਤੋਂ ਲਾਗਾ شیخਾਂ ਪਿੰਡਾ ਛੋਟਾ ਜਿਹਾ ਮੁਸਲਮਾਨਾ ਦਾ ਉੱਥੇ ਦੇ ਆਉਂਦੇ ਸੇ ਨਵੀ ਬਖਸ਼ ਜੀ ਚਿੱਟੀ ਘੋੜੀ ਪਰ ਚਿੱਟੀ ਸਲਵਾਰ ਚਿੱਟੀ ਪੱਗ ਉਹਨਾਂ ਜਿਹੜੀ ਦਾੜੀ ਸੀ ਉਹ ਉਹਦੇ ਨਾਲ ਰੰਗੀਆਂ ਹੁੰਦੀ ਸੀ ਮਹਿੰਦੀ ਨਾਲ ਮਹਿੰਦੀ ਨਾਲ ਹਾਂਜੀ ਤੋਂ ਮੇਰੀ ਇੰਟਰਵਿਊ ਹੋਈ ਇੱਕ ਉਹਦੇ ਵਿੱਚ ਉਹਨਾਂ ਦਾ ਮੈਂ ਜ਼ਿਕਰ ਕੀਤਾ ਮੌਲਵੀ ਦਾ ਨਵੀ ਬਖਸ਼ ਦਾ ਹੂੰ ਤਾਂ ਉਹਨਾਂ ਦਾ ਪੁੱਤ ਜਿਹੜਾ ਥਾ ਅਹਿਮਜ਼ਦ ਹੱਕ 144 ਰੋਡ ਸ਼ਮੀ ਰੋਡ 144 ਸ਼ਮੀ ਰੋਡ ਲਾਹੌਰ ਤੋਂ ਅੱਛਾ ਜੀ ਉਹਨਾਂ ਦਾ ਮੈਨੂੰ 86 ਜੀ ਲੈਟਰ ਆਇਆ ਤੇ ਮੇਰੇ ਪਿਤਾ ਜੀ ਦਾ ਤੁਸੀਂ ਕੀਤਾ ਮੈਨੂੰ ਯਕੀਨ ਹੋਇਆ ਤੇ ਤੁਸੀਂ ਉਹਨਾਂ ਦੇ ਤਾਲ ਵਿਲਮ تھے ਉਹਨਾਂ ਦੇ ਸਟੂਡੈਂਟ ਸੀ ਤੁਸੀਂ ਹਾਂ ਤਾਂ ਪੂਰਾ ਉਹਨਾਂ ਦਾ ਹੁਲਿਆ ਦੱਸਿਆ ਹਾਂਗਾ ਉਹ ਬੜਾ ਖੁਸ਼ ਹੈ ਕਹਿੰਦੇ ਬੜਾ ਜੀ ਕਰਦਾ ਮਿਲਣ ਨੂੰ ਦੱਸੋ ਹਾਲ ਇਲਾਕੇ ਦਾ ਫਿਰਮਾਨ ਉਹ ਦੱਸਿਆ ਤੇ ਨਹਿਰ ਵੀ ਨਿਕਲੀ ਆ ਗਿਆ ਤਾਂ ਪਾਣੀ ਦੀ ਤੱਕ ਮੁਸ਼ਕਲ ਹੁੰਦੀ ਸੀ ਬੜੀ ਹੁਣ ਕੱਢੀ ਨਹਿਰ ਨਿਕਲੀ ਆ ਪੀਤੀ ਕਿਤਾ ਦੇਖੋ ਸੜਕਾਂ ਨਿਕਲੀਆਂ ਕੀ ਕੁਝ ਹੋ ਗਿਆ ਹੁਣ ਅੱਜ ਜਿਹੜੀ ਤੁਹਾਡੀ ਇੰਟਰਵਿਊ ਤੁਸੀਂ ਦੱਸੇ ਵੀ ਤੁਹਾਡੀ ਹੋਈ ਆ ਨਾ ਹਾਂ ਇਹ ਕਿਹੜੇ ਸਾਲ ਚ ਹੋਈ ਸੀ ਕੀ ਜਿਹੜੀ ਇੰਟਰਵਿਊ ਤੁਹਾਡੀ ਹੋਈ ਆ ਉਹ ਮੇਰੀ ਹੋਈ ਥੀ 86 ਚ ਆਈ ਥੀ ਵਾਹ ਵਾਰ ਦੇ ਕਹਾ ਹੈ ਰੇਡੀਓ ਜਿਹੜਾ ਇੱਥੋਂ ਚੱਲਦਾ ਸੀ ਦਿੱਲੀੋਂ ਉਹ ਪ੍ਰੋਗਰਾਮ ਉਹਦੇ ਚ ਆਈ ਸੀ ਅੱਛਾ ਵਾਹ ਜੀ ਵਾਹ ਦੇਖੋ ਜੀ ਇੱਕ ਟਾਡੀ ਸਿਰਫ ਆਵਾਜ਼ ਸੁਣ ਕੇ ਉਹ ਬੰਦਿਆਂ ਨੇ ਪਛਾਣ ਲਿਆ ਵੀ ਸਾਡੇ ਬਜ਼ੁਰਗਾਂ ਦੇ ਮਿੱਤਰ ਹਨ ਉਹਨਾਂ ਨੇ ਜਿਹੜਾ ਮੇਰੀ ਕਮੈਂਟਰੀ ਸੀ ਨਾ ਹਾਂ ਮੇਰੇ ਕਮੈਂਟਸ ਤੇ ਜਿਹੜੀ ਮੇਰੀ ਡਾਇਲੌਗ ਸੀ ਬਾਤਾਲਾਉਂ ਸੀ ਹਾਂ ਕੀ ਕਹਿੰਦੇ ਜਿਹੜੀ ਮੈਂ ਗੁਸਤਗੋ تھی ਉਹ ਤੋਂ ਉਹ ਤੋਂ ਉਹਨਾਂ ਨੇ ਪਤਾ ਲਾਇਆ ਪੇ ਬੰਦਾ ਯਾਰ ਦੇ ਸਾਡੇ ਅੱਛਾ ਜੀ ਹਾਂ ਜੀ ਉਹਨਾਂ ਨੇ ਫੇ ਫੋਨ ਕੀਤਾ ਤੇ ਚਿੱਠੀ ਆ ਉਹਨਾਂ ਦੇ ਫੋਨ ਵੀ ਇੱਕ ਚਿੱਠੀ ਆਈ ਅੱਛਾ ਜੀ ਜਿਹੜਾ ਐਮ ਜ਼ेड ਹਕਤਾ ਉਸ ਵੇਲੇ ਪਾਕਿਸਤਾਨ ਬਣਿਆ ਤਾਂ ਖਾਲਸਾ ਹਾਈ ਸਕੂਲ ਚ ਪੜਦਾ ਥਾ ਅੱਛਾ ਜੀ ਤਾਂ ਇੱਥੇ ਪ੍ਰਿੰਸੀਪਲ ਥੇ ਉਹ ਵਿਚਾਰੇ ਉਹਨਾਂ ਨੂੰ ਫੇ ਮੈਂ ਚਿੱਠੀ ਦਿੱਤੀ ਉਹ ਉਹਨਾਂ ਦੇ ਸਟੂਡੈਂਟ ਲੈ ਕੇ ਗਏ ਫੇ ਮੈਂ ਜ਼ਹੀਰ ਉਹਦਾ ਨਾਮ ਥਾ ਜ਼ਹੀਰ ਉਹਦਾ ਜੈਡ ਜੈਡ ਆਦਮਾ ਹਾਂਗਾ ਜ਼ਹੀਰ ਨੂੰ ਸੱਦੇ ਥੇ ਹਾਂ ਫੇ ਆਪਣੇ ਪ੍ਰਿੰਸੀਪਲ ਜਿਹੜੇ ਖਾਲਸਾ ਸਕੂਲ ਦੇ ਕਹਿੰਦੇ ਬੜਾ ਲਾਇਕ ਮੁੰਡਾ ਥਾ ਉੱਪਰ ਚੱਲ ਗਿਆ ਉਹਨਾਂ ਦਾ ਜ਼ਾਹਿਰ ਤੋਂ ਵੱਡਾ ਜਿਹੜਾ ਉਹ ਡਾਕਟਰ ਦਾ 47 ਚ ਅੱਛਾ ਜੀ ਇੱਥੇ ਆ ਆਰਮੀ ਚ ਕੈਪਟਨ ਡਾਕਟਰ ਦਾ ਐਮ ਜ਼ेड ਹਾਕੂ ਦਾ ਨਾਮ ਦਾ ਅੱਛਾ ਜੀ ਨਾ ਅਮਦਦ ਅਲੀ ਡਾਕਟਰ ਅਮਦਦ ਅਲੀ ਜ਼ਾਹਿਰ ਦਾ ਭਰਾ ਜਿਹੜਾ ਡਾਕਟਰ ਅਮਦਦ ਅਲੀ ਮੱਕੇ ਮਦੀਨਾ ਉਹਦਾ ਹਸਪੀਟਲ ਦਾ ਉਹਦੇ ਵੀ ਫਿਰ ਮੈਨੂੰ ਲੈਟਰ ਆਇਆ ਅੱਛਾ ਜੀ ਬੜਾ ਉਹਨੂੰ ਸ਼ੁਕਰੀਆ ਕੀਤਾ ਮੱਕੇ ਮਦੀਨਾ ਹਸਪੀਟਲ ਦਾ ਆਈ ਹੋਰ ਪੀਟਰ ਹਾਂ ਕਿਉਂਕਿ ਜਦੋਂ ਦੇਖੋ ਜਦੋਂ ਇੱਕ ਸੰਚਾਰ ਦੇ ਮਾਧਿਅਮੇ ਨਹੀਂ ਸੀ ਕਿ ਇੱਕ ਦੂਜੇ ਨੂੰ ਹਨਾ ਲਾਗੇ ਆਉਣ ਦੇ ਕਿਉਂਕਿ ਇਸ ਵੇਲੇ ਤਾਂ ਸੋਸ਼ਲ ਮੀਡੀਆ ਆ ਗਿਆ ਹੈ ਜਿਹੜੇ ਹੁਣ 8-10 ਸਾਲਾਂ ਤੋਂ ਜਿਹੜੇ ਕੀ ਮਿਲਾਪ ਇੱਕ ਦੂਜੇ ਨਾਲ ਹੋ ਰਿਹਾ ਹੈ ਬਾਤ ਤਾਂ ਇਹ ਹੈ ਕਿ ਸਭ ਤੋਂ ਪਹਿਲੇ ਨਾ ਅਭੀ ਤੱਕ ਪਾਕਿਸਤਾਨ ਰ ਹਿੰਦੁਸਤਾਨ ਕੀ ਵੰਡ ਨਹੀਂ ਹੋਈ ਥੀ ਤਕਸੀਮ ਨਹੀਂ ਹੋਇਆ ਥਾ ਤਾਂ 2 ਮਹੀਨਿਆਂ ਦੀਆਂ ਛੁੱਟੀਆਂ ਸੀ ਸਾਨੂੰ ਸਭ ਤੋਂ ਪਹਿਲਾਂ ਲੜਾਈ ਜਿਹੜੀ ਹੈ ਮਰਸੀ ਵਾਲ ਲਗੀ। ਅੱਛਾ ਬਾਬਾ ਜੀ ਇਹ ਵੀ ਆਪਾਂ ਗੱਲਬਾਤ ਕਰਦੇ ਆਂ। ਜੋਂ ਚ। ਹਾਂਜੀ ਕੋਈ ਨਹੀਂ ਇਹ ਵੀ ਆਪਾਂ ਗੱਲਬਾਤ ਕਰਦੇ ਆਂ। ਪਹਿਲਾਂ ਤੁਸੀਂ ਇਹ ਦੱਸੋ ਵੀ ਤੁਹਾਡੇ ਪਿੰਡ 'ਚ ਵੀ ਮੁਸਲਮਾਨ ਸਕੇ ਰਹਿੰਦੇ? ਸਾਡੇ ਹਨ ਨਾ ਸੋ ਮੁਸਲਮਾਨ ਕੋਈ। ਕੋਈ ਨਹੀਂ ਸਿਕਾ। ਨੋ ਨੋ। ਅੱਛਾ ਸਿਰਫ ਰਾਜਪੂਤ? ਹਾਂ। ਔਰ ਦੂਸਰੇ ਜੇ ਮਹਾਸ਼ਾ ਹੁੰਦੇ ਨੇ। ਮਹਾਸ਼ਾ। ਆਹ ਉਹ ਤੇ ਉਹ ਹਰ ਦੋ ਚਾਰ ਘਰ ਬਜਾਹ ਧਰਮੀਆਂ ਦੇ। ਹਮ ਇੱਕ ਤਖਾਲਾ ਦਾ ਲੋਹਾਰਾਂ ਦਾ ਬਸ। ਅੱਛਾ। ਤੇ ਸਕੂਲ ਜਿਹੜੇ ਆ ਤੁਸੀਂ ਪਿੰਡ ਹੀ ਸੀਗਾ ਜਿਹੜਾ ਉੱਥੇ ਪਿੰਡ ਸਕੂਲ 1940 ਚ ਬਣਿਆ ਥਾ ਰਾਜਪੂਤ ਹਾਈ ਸਕੂਲ ਅੱਛਾ ਠਾਕਰ ਪ੍ਰਧਾਨ ਰਾਰਾਵ ਨੇ ਬਣਾਇਆ ਥਾ ਅੱਛਾ ਜੀ ਹੀ ਸਟੂਡ ਫਰਸਟ ਇਨ ਲਾਹੌਰ ਯੂਨੀਵਰਸਿਟੀ ਉਸ ਵੇਲੇ ਉਹ ਫਿਰ ਇੰਸਟੀਟਿਊਟ ਫਰਸਟ ਇਨ ਇੰਜੀਨੀਅਰਿੰਗ ਅਰ-ਰਸੂਲ ਪਾਕਿਸਤਾਨ ਚ ਉੱਥੇ ਪੜ੍ਹਿਆ ਥਾ ਰਸੂਲ ਉਹ ਅੱਛਾ ਜੀ ਨਹੀਂ 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 ਕਿ ਤੇ ਉੱਥੇ ਵੀ ਸਟੂਡ ਇੰਸਟੀਟਿਊਟ ਫਰਸਟ ਉੱਥੇ ਉਹਨੂੰ ਫਿਰ ਲੈਕਚਰ ਆ ਲਾਇਆ ਉਹ ਬਚਾਰਾ ਪੈਦਲ ਜਾਂਦਾ ਹੁੰਦਾ ਸੀ ਦਸੂਹਾੇ ਪੜਨ ਹੂੰ ਛੋਟਾ ਜਿਹਾ ਇਕਾਤਾ ਉਹ ਬੋਲਿਆ ਪੇ ਇਲਾਕਾ ਕਿੱਦਾਂ ਪੜੇਗਾ ਹੂੰ ਫਿਰ ਜਿਹੜਾ ਤਗੜਾ ਹੋਇਆ ਉਹਨੇ ਫਿਰ ਪਿੰਡ ਪਿੰਡ ਰਾਜਪੂਤ ਹਾਈ ਸਕੂਲ 1940 ਚ ਪੜਾਇਆ ਉਹ ਕਹਿੰਦੇ ਸਾਡੇ ਜਿਹੜਾ ਹੁਣ ਸੀਨੀਅਰ ਸੈਕਟਰੀ ਸਕੂਲ ਬਹੁਤ ਵੱਡਾ ਦੁਨੀਆ ਪੜ ਗਈ ਪਾੜ ਪੜ ਗਿਆ ਅਲਾਕਾ ਪੜ ਗਿਆ ਕਹਿੰਦੇ ਹੁਣੇ ਆ ਨਾ ਉਹ ਮਤਲਬ ਸੋਚਣੀ ਵਧੀਆ ਸੀ ਉਹਨਾਂ ਦੀ ਵੀ ਸਾਡੇ ਰਾਜਪੂਤ ਕਿਤੇ ਪੜਾਈ ਪੱਖੋਂ ਪੂਰਾ ਅਲਾਕਾ ਬਹੁਤ ਬੁਰਾ ਥਾ ਹਾਂ ਅਲਾਕਾ ਜਿਹੜਾ ਸਾ ਅਲਾਕਾ ਜਾਣੀ ਕਿ ਕਿਤ ਬੜਾ ਮੁਸ਼ਕਲ ਥਾ ਹਾਂ ਕਿੰਨਾ ਕੋ ਸੜਕਾਂ ਸੀ ਨਾ ਹੁਣੇ ਜਾਣਦਾ ਕੋ ਸਾਦ ਹੁੰਦਾ 15 15 ਕਿਲੋਮੀਟਰ ਤੇ ਬੱਚੇ ਆਉਂਦੇ ਵੀ ਪੜਨ ਪੈਦਲ ਤਾਂ ਪੜ ਕੇ ਫੇਰ ਵਾਪਸ ਚੱਲ ਜਾਂਦੇ ਘਰਾਂ ਦੇ ਅੱਛਾ ਪਹਾੜ ਦੇ ਬੱਚੇ ਕਿੱਥੇ ਜਾਣਾ ਥਾ ਉਹਨਾਂ ਨੇ ਅਲਾਕਾ ਪੜ ਗਿਆ ਤੇ ਜਿਹੜਾ ਤੁਹਾਡੇ ਪਿੰਡ ਸਕੂਲ ਸੀ ਹੈ ਨਾ ਜਿਹੜੇ ਲਾਗੇ ਲਾਗੇ ਮੁਸਲਮਾਨਾਂ ਦੇ ਵੀ ਬੱਚੇ ਮੈਂ ਕਿਹਾ ਜੀ ਮੈਂ ਦੱਸਦਾ ਮਸਰੀਆ ਦੇ ਬੱਚੇ ਸਾਡੇ ਸ਼ੇਖਾਂ ਦੇ ਬੱਚੇ ਮੁਸਲਮਾਨਾਂ ਦੇ ਕਕਰਾਲੀ ਦੇ ਬੱਚੇ ਪਟੋਲੀ ਮੁਸਲਮਾਨਾਂ ਦਾ ਪਿੰਡ ਸੀ ਉੱਥੇ ਦੇ ਬੱਚੇ ਸਾਡੇ ਪੜ੍ਹਦੇ ਰਹੇ ਕੋਈ ਬੁਰੂ ਬੁਰੂ ਹੀ ਦੇ ਬੱਚੇ ਮੈਨੂੰ ਉਹਨਾਂ ਦਾ ਜਿਆਦਾ ਸਾਹੂ ਲੰਗੜਾ ਥਾ ਉਹਦਾ ਛੋਟਾ ਭਰਾ ਨਜਰੂ ਥਾ ਉਹ ਵੀ ਦੋ ਆਉਂਦੇ ਸੀ ਸਾਡੇ ਪੜ੍ਹਦੇ ਹੁੰਦੇ ਅੱਛਾ ਜੀ ਸਾ ਫੇਰ ਇੱਕ ਗੁੱਜਰ ਬਸੋਹਾ ਪਿੰਡ ਹੈ ਉੱਥੇ ਤੇ ਵੀ ਪੜਦੇ ਹੁੰਦੇ ਬਸ਼ੀਰ ਅਗੰਦ ਪੜਦਾ ਹੁੰਦਾ ਥਾ ਹੂੰ ਗੁੱਜਰਾਂ ਦੇ ਮੁੰਡੇ ਗੁੱਜਰਾਂ ਦੇ ਮੁੰਡੇ ਬਲੀ ਬਹਾਮਤ ਮੇਰੇ ਵੱਡੇ ਭਰਾ ਨਾਲ ਪੜਦਾ ਹੁੰਦਾ ਥਾ ਅੱਛਾ ਜੀ ਫੇਰ ਇੱਕ ਕਾਲਾ ਸੈਨਾ ਤਾਂ ਗੋਰਾ ਸੈਨਾ ਦੋ ਥੇ ਹੂੰ ਕਾਲਾ ਸੈਨਾ ਜਿਹੜਾ ਲੰਮਾ ਥਾ ਉਹ ਨਾਲ ਲੰਬਾ ਜਿਆ ਥਾ ਉਹਦਾ ਨਾਮ ਕਾਲਾ ਸੈਨਾ ਥਾ ਜਿਹੜਾ ਮਦਰਫ ਹੈ ਜਿਹੜਾ ਗੋਰਾ ਉਹ ਗੋਰਾ ਸੈਨਾ ਸਾਡੇ ਦੋਨੇ ਉਹ ਸੈਨਾ ਦਾ ਨਾਮ ਨਿਕਨੇ ਉਥੇ ਤਾਂ ਹਜ਼ਰਾਂ ਕਿੱਥੇ ਦੇ ਸੀ ਇਹ ਇੱਕ ਕਾਲੀ ਦੇ ਕਕਰਾਲੀ ਦੇ ਹਾਂ ਠੀਕ ਆ ਤੇ ਜਿਹੜੇ ਬਾਬਾ ਜੀ ਟਾਡੇ ਨਾਲ ਬੱਚੇ ਪੜ੍ਹੇ ਆ ਮੁਸਲਮਾਨਾਂ ਦੇ ਹਾਂਜੀ ਜਿਹੜੇ ਹਨਾ 6ਵੀਂ ਕਲਾਸ ਚ ਹਾਂਜੀ ਨਾਂ ਦੱਸਿਓ ਤਾਂ ਉਹਨਾਂ ਦੇ ਕਿਹੜੇ-ਕਿਹੜੇ ਸੀਗੇ ਇੱਕ ਤਾਂ ਪੜ੍ਹਿਆ ਥਾ ਇੱਥੇ ਦਾ ਐ ਬਸ਼ੀਰ ਐ ਐ ਗੁਜਰ ਬਸੋਆ ਦਾ ਹੂੰ ਉਹ ਪੜ੍ਹਦਾ ਹੁੰਦਾ ਥਾ ਫਿਰ ਐ ਫਤੇ ਫਤੇ تھا ਸਾਡੇ ਨਕ ਕਰਾਲੀ ਦਾ ਫਤੇ ਮੇਰੇ ਨਾਲ ਹੂੰ ਫਤੇ ਉਹਦਾ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਅੱਛਾ ਜੀ ਫਤੇ ਫਤੇ تھا ਤੇ ਉਹ ਪੜਦਾ ਥਾ ਹਾਂ ਇਹ ਰੇ ਬਾਕੀ ਵੱਡੇ ਮੁੰਡੇ ਹੋ ਮੇਰੇ ਵੱਡੇ ਭਰਾ ਨਾਲ ਪੜਦੇ ਵੱਡੀਆਂ ਕਲਾਸਾਂ ਹੂੰ ਆ ਠੀਕ ਆ ਉਹ ਵੱਡੀਆਂ ਕਲਾਸਾਂ ਇੱਥੇ ਉਹਨਾਂ ਦੇ ਨਾਮ ਵੀ ਹੈਗੇ ਮੈਨੂੰ ਯਾਦ ਜਿੱਦਾਂ ਕਾਲਾ ਸੈਣਾ ਗੋਰਾ ਸੈਣਾ ਬਲੀ ਦਾ ਬਲੀ ਮੁਹੰਮਦ ਦਾਨੇ ਦਾ ਪੁੱਤ ਮਸਤੀ ਆਲਦੇ ਵੱਡੇ ਮੇਰੇ ਵੱਡੇ ਭਰਾ ਨਾਲ ਪੜਦਾਤਾ ਇੱਕ ਸਫਦਾ ਥਾ ਉਹ ਜਿਹੜੇ ਸ਼ਾਹ ਮੁਹੰਮਦ ਉਹਨਾਂ ਦਾ ਇਕਲੌਤਾ ਬੇਟਾ ਥਾ ਅੱਛਾ ਜੀ ਬੜਾ ਗੋਰਾ ਸ਼ਾਹ ਉਹ ਉਹਦਾ ਉਹਦਾ ਨਾਮ ਸਫਦਲ ਉਹ ਉਹ ਵੀ ਪੜਦਾ ਹੋ ਲੈ ਨੌਵੀਂ ਦਸਵੀਂ ਥਾ ਅੱਛਾ ਜੀ ਹਾਂ ਅੱਛਾ ਆਪਸ ਵਿੱਚ ਜਿੱਦਾਂ ਕੋਈ ਉਹ ਮਜਵੀ ਰੋਲਾ ਰੱਪਾ ਤਾਂ ਨਹੀਂ ਸੀਗਾ ਉਸ ਟਾਈਮ ਦੇ ਉੱਤੇ ਕੋਈ ਲੜਾਈ ਝਗੜਾ ਜਦਾਂ ਕੋਈ ਕੋਈ ਹਦੋਂ ਸੋ ਹੁੰਦਾ ਹਾਂ ਕੋਈ ਨਾ ਮਿਲਦੇ ਕਿਆ ਕਰੀਏ ਮੈਨੂੰ ਜਦੋਂ ਉਹ ਯਾਦ ਆਉਂਦੀ ਹੈ ਵੈਨ ਆਫਨ ਆਈ ਰਿਮੈਂਬਰ ਉਹ ਥੀਂ ਜਿਹੜੇ ਹੈਗੇ ਉਹ ਮੈਂ ਤੁਹਾਨੂੰ ਕਿਆ ਦੱਸਾਂ ਜਿਹੜਾ ਬੰਦ ਦਾ ਬੇਲ ਹੈ ਜਿਹੜਾ ਅਗਰਸਤ ਮਿਟਾ ਹੋਇਆ ਉਹ ਬਿੱਤੇ ਨਾ ਪੁੱਛੋ ਮੈਨੂੰ ਰੋਣ ਆ ਜਾਂਦਾ ਦੋ ਜਗ੍ਹਾ ਕੈਂਪ ਤੇ ਲੱਗੇ ਇੱਕ ਦੱਸੂ ਹੈ ਹਾਂ ਤੇ ਕਹ ਹਿਆਣਾ ਮੁਸਲਮਾਨਾਂ ਦਾ ਹਾਂਜੀ ਪੇਤੋਂ ਪਰ ਪਰ ਕੇ ਗੱਡੀਆਂ ਤਾਂ ਪਾਕਿਸਤਾਨ ਨੂੰ ਜਾਂਦੇ ਸੀ ਜਿਹੜੇ ਰਾਤੋਂ ਰਾਤ ਨਿਕਲ ਕੇ ਜਾਂ ਚਲੇ ਗਏ ਉਹ ਤਾਂ ਨਿਕਲ ਗਏ ਕਿ ਵਿਚਾਰੇ ਬੁੱਢੇ ਠੇੜੇ ਜਾਂ ਗਰੀਬ ਸਿਓ ਪਿੱਛੇ ਰਹਿ ਗਏ ਪਹਾੜ ਤੇ ਭੁੱਖੇ ਤੇ ਆਏ ਤੇ ਜਿਹੜੇ ਗੱਡੀ ਵੱਡੀ ਹੋਈ ਕਾਈ ਉਧਰੋਂ ਪਾਕਿਸਤਾਨ ਚ ਗੱਡੀ ਪੂਰੀ ਵੱਡੀ ਹੋ ਆਈ ਥੀ ਜਿਹੜੇ ਇਧਰੋਂ ਆ ਰਹੇ ਸਿਏ ਪਲਾਨ ਕਰ ਰਹੇ ਸਿਏ ਉਧਰੋਂ ਹਿੰਦੂ ਸਿਖ ਫਿਰ ਇਧਰ ਵੀ ਬਗੈਰ ਕਸੂਰ ਤੇ ਤਾਂ ਮਾਰਨੇ ਸ਼ੁਰੂ ਕਰ ਦਿੱਤੇ ਤਾਂ ਉਹਨਾਂ ਦਾ ਥੋੜਾ ਕੋਈ ਕਸੂਰ ਸੀਗਾ ਉਹਨਾਂ ਦਾ ਕੀ ਕਸੂਰ ਥਾ ਉਹਨਾਂ ਤਾਂ ਬੰਨ ਉਹ ਰੋਣ ਆਉਂਦਾ ਵਿਚਾਰੇ ਗਰੀਬ ਹੱਥ ਜੋੜ ਦੇ ਮਾਰ ਦਿੱਤੇ ਅੱਛਾ ਜੀ ਆ ਭੁੱਖੇ ਤੇ ਆਏ ਰਕੜ ਕਿਹੜਾ ਰਕੜ ਸਾਡੇ ਲੱਗਾ ਕੋਈ ਦਾ ਰਕੜ ਉੱਥੇ ਪਏ ਗੁਰੂਹੀ ਦਾ ਰਕੜ ਉਥੇ ਬਦਰ ਬੱਡੇ ਜਿੱਦੇ ਥਾ ਲੱਗੇ ਮਾਰ ਦਿੱਤੇ ਜਿਹੜੇ ਜੱਥੇ ਥੇ ਇਹਨਾਂ ਦਾ ਓਹ ਫਿਰ ਖੂਨ ਤੋਂ ਜਦਾਨੀਆਂ ਕੁੜੀਆਂ ਬੜੀਆਂ ਜਵਾਨਾਂ 7-8 ਕੁੜੀਆਂ ਹੀ ਆ ਇੱਕ ਗਲੀ ਜਿੱਥੇ ਸਾਡੇ ਪਿੰਨੇ ਕਾਲੀਆਂ ਦੀ ਗਲੀ ਆ ਹਾਏ ਅੱਲਾ ਦੇ ਖੂਨ ਕਿਸ ਦਾ ਹੈ ਹਾਏ ਅੱਲਾ ਦੇ ਖੂਨ ਕਿਸ ਦਾ ਮੈਨੂੰ ਉਹ ਸੀਨ ਆਉਂਦਾ ਤੇ ਮੈਨੂੰ ਰੋਣਾ ਆਉਂਦਾ ਚੇਤਾ ਜਿਹੜੇ ਮੁਸਲਮਾਨਾਂ ਦੀਆਂ ਕੁੜੀਆਂ ਟਾਡੇ ਪਿੰਡੋਂ ਆਉਂ ਆ ਮਜਾ ਸਾਰੀਆਂ ਫਿਰ ਰਾਤ ਉੱਤੇ ਰੱਖੀਆਂ ਪ੍ਰਧਾਨਾ ਰਾਮਰਾਜ ਪੇਰਾ ਲੈ ਆ ਉਹਨਾਂ ਤੇ ਕਿ ਇਹਨਾਂ ਨਾਲ ਕੋਈ ਗੈਰ ਹਰਕਤ ਨਾ ਕਰੇ ਕੋਈ ਵਾਦੀ ਰਾਤ ਨੂੰ ਸਕੂਲ ਰੱਖੀਆਂ ਸਵੇਰੇ ਫਿਰ ਉਹ ਹਰਿਆਣਾ ਕੈਂਪ ਚ ਭਜਾਈਆਂ ਕਿਹੜੇ ਪਿੰਡ ਦੀਆਂ ਸੀਗੀਆਂ ਕੁੜੀਆਂ ਉਹ ਵਿਦ੍ਰੋਪ ਪਹਾੜ ਦੀਆਂ ਸੀ ਮਤ ਹਾਂ ਮਜਲਬਾ ਜਿਹੜਾ ਪਿੰਡ ਦਾ ਢੱਡ ਚੌਧਰੀ ਸੀ ਪ੍ਰਧਾਨ ਆਰਾਮ ਹਾਂ ਇਲਾਕੇ ਦਾ ਇਲਾਕੇ ਦਾ ਹਾਂ ਅੱਛਾ ਉਹਨਾਂ ਨੇ ਉਹ ਕੁੜੀਆਂ ਦੀ ਹਿਫਾਜ਼ਤ ਰੱਖੀਆਂ ਹੁੰਦਾ ਪਹਿਰਾ ਲਿਆ ਮੈਨੂੰ ਉਹਨਾਂ ਦਾ ਪਤਾ ਤੇ ਤਿੰਨ ਚਾਰ ਬੰਦੇ ਪਏ ਇਹਨਾਂ ਦਾ ਕੋਈ ਛੇੜਾ ਇਹਨਾਂ ਕੋਈ ਨਹੀਂ ਤਾਂ ਰੋਂ ਮੈਨੂੰ ਉਹ ਜਿਲ੍ਹਾ ਰੋਂਦੀਆਂ ਟਹਾ ਮਾਰਦੇ ਤਾਂ ਮੈਨੂੰ ਸਾਲਾ ਰੋਂ ਲਾ ਜੱਲਾ ਉਹਨਾਂ ਦੇ ਦੇਖ ਕੇ ਹਾਂ ਉਹਨਾਂ ਦਾ ਦੇਖ ਕੇ ਵਿਚਾਰੀਆਂ ਦਾ ਉਹਦੇ ਨਾ ਪੜ ਦਿੱਤੇ ਬਿਲਕੁਲ ਕਿਉਂਕਿ ਬੱਬਈ ਦੇਖੋ ਜਿਹੜੇ ਮਾਰਨੇ ਵਾਲੇ ਸੀਗੇ ਉਹ ਵੀ ਆਪਣੇ ਸੀਗੇ ਤਾਂ ਬਚਾਉਣੇ ਵਾਲੇ ਮੈਂ ਕਿਹਾ ਦੇਖੋ ਰੱਬ ਦਾ ਕਿਹਦਾ ਹੋਇਆ ਬਚਾਉਣੇ ਵਾਲੇ ਵੀ ਆਪਣੇ ਤੇ ਫਿਰ ਦੇਖੋ ਕਿੱਦਾਂ ਇਕੱਠੇ ਸਦੀਆਂ ਤੋਂ ਇਕੱਠੇ ਰਹਿੰਦੇ تھے ਸਦੀਆਂ ਤੋਂ ਰੇਟੀ ਰੋਟੀ ਪੇਟੀ ਦਾ ਰਿਸ਼ਤਾ ਤਾਂ ਇਕੱਠੇ ਰਹਿੰਦੇ ਦੇਖੋ ਪ੍ਰਮਾਤਮਾ ਦਾ ਖੁਦਾ ਦਾ ਕਿੱਦਾਂ ਦਾ ਹੁਕਮ ਹੋਇਆ ਇੱਕ ਦੂਏ ਦੇ ਖੂਨ ਦੇ ਪਿਆਸੇ ਹੋ ਅੱਛਾ ਜਦੋਂ ਸਕੂਲ ਤੁਸੀਂ ਪੜ੍ਹਦੇ ਸੀਗੇ ਨਾ ਹਾਂਜੀ ਫਿਰ ਪਤਾ ਕਿੱਦਾਂ ਲੱਗਾ ਵੀ ਇਹ ਇਥੋਂ ਉੱਠ ਗਏ ਆ ਕਾਲ ਮੁਸਲਮਾਨ ਆਹ ਮੁਸਲਮਾਨ ਸਕੂਲੇ ਜਾਣਾ ਬੰਦ ਕਰਤਾ ਹੋਣਾ ਨਾ ਉਦੋਂ ਫੇ ਆ ਉਹਦਾ ਐਸਾ ਹੋਇਆ ਨਾ ਕਿ ਝੰਡਾ ਚੜ੍ਹਨਾ ਥਾ 15 ਅਗਸਤ ਦਾ ਸਾਡਾ ਅੱਛਾ ਜੀ ਸਕੂਲ ਦੇ ਵਿੱਚ ਝੰਡਾ ਚੜ੍ਹਦਾ ਹਾਂ 15 ਅਗਸਤ ਦਾ ਤਾਂ ਬਰੂਹੀ ਦੇ ਮੁਸਲਮਾਨ ਆਏ ਨੂਰ ਮੁਹੰਮਦ ਲੰਬੜ ਵਗੈਰਾ ਮੈਨੂੰ ਯਾਦ ਪੱਗਾ ਪੰਨੀਆਂ ਉਹ ਫੇਰ ਡਰਦੇ ਟੂਬੇ ਤੋਂ ਪਿੱਛੇ ਚੜਦੇ ਬੁਕਰ ਕੇ ਸਾਨੂੰ ਕਿਤੇ ਮਾਰ ਨਾ ਦੇਣ ਅੱਛਾ ਜੀ ਫੇ ਪ੍ਰਧਾਨ ਰਾਰਾ ਉਹਨੇ ਭੇਜਿਆ ਪਿਆ ਸੀ ਬਾਤ ਨਹੀਂ ਤੁਸੀਂ ਆਓ ਬੀਅਰ ਤੇ ਅੰਗਰੀਜ਼ਾਂ ਤੋਂ ਆਜ਼ਾਦ ਹੋਏ ਆ ਹਾਂ ਆਜ਼ਾਦ ਹੋਏ ਤੁਸੀਂ ਅਸੀਂ ਕੋਈ ਗਵਾਤ ਨਹੀਂ ਹਮ ਇਦਾਂ ਦਾ ਪੁੱਛੀਆ ਪੇਰਾ ਉਸਾ ਰੋਟੀ ਬੇਟੀ ਦਾ ਦੇਖੋ ਕੈਸੀ ਹਾਲ ਹਮ ਹੁਣ ਇੱਕ ਦੂਜੇ ਦੇ ਖੂਨਾਂ ਦੇ ਪਿਆਸੇ ਬਣੇ ਹੋ ਬਿਲਕੁਲ ਪਾਕਿਸਤਾਨ ਦੇ ਕਿੱਦਾਂ ਦੇ ਮੈਂ ਤਾਂ ਸਾਲ ਬੜਾ ਦੇਖੋ ਸਦੀਆਂ ਤੇ ਇਕੱਠੇ ਰਹਿੰਦੇ ਸਦੀਆਂ ਤੇ ਇਕੱਠੇ ਰਹਿੰਦੇ ਉਹਨਾਂ ਨੇ ਕਹਦਾ ਸੋਚਿਆ ਬਈ ਘਰ-ਪਰ ਜ਼ਮੀਨਾਂ ਛੱਡ ਕੇ ਚੱਲ ਜਾਣਾ ਕਹਿੰਦਾ ਸੋਚਿਆ ਸੀ ਉਹਨਾਂ ਨੇ ਲੈਬਰ ਤੇ ਲੈਬਰ ਥੋਟ ਪੇ ਬਲੇ ਖੁਦਾ ਦੀ ਕੁਦਰਤ ਐਸਾ ਕੀ ਹੈ ਪਰ ਇਹ ਬਹੁਤ ਮਾੜਾ ਮੈਨ ਨਹੀਂ ਦੇਦਾ ਮੈਨੂੰ ਰੋਣ ਆ ਜਾਂਦਾ ਉਹ ਦੇਖ ਕੇ ਉਹ ਸੀਨ ਜਿਹੜਾ ਬੰਦਦਾ ਬਸ ਮੈਨੂੰ ਬਹੁਤ ਕੇ ਵੇਲੇ ਯਾਦ ਆਂਦਾ ਰਾਤ ਨੂੰ ਤਾਂ ਮੈਂ ਉੱਠ ਕੇ ਬਹਿ ਜਾਂਦਾ ਇਹਦਾ ਦਰਦਨਾਕ ਹਾਲ ਨਾਲ ਅੱਛਾ ਬਾਬਾ ਜਿਹੜਾ ਤੁਸੀਂ ਦੱਸਦੀ ਮਸਤੀ ਆਲ ਦੇ ਕੀ ਹੋਇਆ ਫੇਰ ਉੱਥੇ ਮਸਤੀ ਆਲ ਆ ਜਾਂਦਾ ਹੈ ਬੰਦ ਨਸੋ ਹੋਈ ਹੂੰ ਉਦਾਂ ਹੀ ਥਾ ਨਾ ਉਹ ਨਹੀਂ ਜਿੰਦੀ ਟੈਲੀਫੋਨ ਤੇ ਨਾ ਕੋਈ ਥਾ ਕਿਸੇ ਤਰ੍ਹਾਂ ਦਾ ਸਾਧਨ ਨਸੋ ਹੂੰ ਨਵਾਰ ਲਿਸੈਂਸ ਸੀ ਇੱਥੇ ਪਿੰਡਾਂ ਦੇ ਉੱਤਰ ਜਿਹੜੇ ਸੇ ਮੁਲਾਜ਼ਮ ਮੁੰਡੇ ਇੱਧਰ ਰਹਿੰਦੇ ਉਹਨਾਂ ਨੂੰ ਪਤਾ ਹਾ ਪਈ ਬਾਂਡ ਹੋ ਗਈ ਐ ਇਦਾਂ ਦਾ ਵੀ ਉੱਜੜ ਨਾ ਕੇ ਇਹਨਾਂ ਨੇ ਹਾਂ ਤਾਂ ਉਹ ਫਿਰ ਉਹ ਫਿਰ ਆਉ ਕਰਦੇ ਹੈ ਇਹਨਾਂ ਨੂੰ ਪਈ ਤੁਸੀਂ ਆ ਜਾਓ ਗੁਰੂਹੀ ਦਿਨ ਜਿੱਦਾਂ ਸਾਨੂੰ ਪਤਾ ਲੱਗਾ ਪਈ ਤੁਸੀਂ ਇੱਧਰ ਆ ਜਾਓ ਪਹਿਲੇ ਲਗਨ ਕਰਦੇ ਪਈ ਤੁਸੀਂ ਆ ਜਾਓ ਜਿਹੜੇ ਤਾਂ ਆ ਗਏ ਪਹਿਲੇ ਉੱਧਰੋਂ ਸੇਫ ਸੇਫ 15 ਅਗਸਤ ਤੋਂ ਪਹਿਲਾਂ ਪਹਿਲਾਂ ਜਾਣੀ ਕੋਈ ਆ ਗਏ ਉਹ ਤਾਂ ਸਾਡੇ ਵੀ ਸੇਫ ਆ ਗਏ ਜਿਹੜੇ ਇੱਧਰੋਂ ਕੁਝ ਚਲੇ ਗਏ ਉਹ ਵੀ ਸੇਫ ਚਲੇ ਗਏ ਲੇਕਿਨ ਇੱਕ ਗੱਲ ਹੈ ਸਾਡਾ ਜਿਹੜਾ ਜ਼ਿਲ੍ਹਾ ਹੁਸ਼ਿਆਰਪੁਰ ਹੈ ਇਹਦੇ ਵਿੱਚ ਜਿਹੜੀ ਤਹਿਸੀਲ ਦਸੂਆ ਇਹਦੇ ਚ 90% ਮਹਾਮੰਦਰਨ ਆਬਾਦੀ ਸੀ ਅੱਛਾ ਜੀ ਮੁਹੰਮਦ ਆਬਾਦੀ ਕਿੰਨੀ ਸੀ 90% ਅੱਛਾ ਜੀ ਮੈਂ ਸ਼ੋਰਲੀ ਆਈ ਸੀ ਮੈਂ ਕਿੰਨੀ ਤੌਰ ਪਰ ਇਹ ਕਹਿਣਾ ਚਾਹਤ ਦਬਾ ਪਰਸੈਂਟ ਤੇ ਹੁਣ ਸਭ ਜਿੰਨੇ ਬਾ ਉਧਰੋਂ ਆਏ ਸਾਰੇ ਉੱਥੇ ਲਾਟੀ ਬੈਠੇ ਹੂੰ ਕਿਉਂਕਿ ਜਿਹੜੇ ਉਹ ਦਸੂਆ ਤੇ ਉਤਲੀ ਸਾਈਡ ਦੇ ਸੀਗੇ ਨਾ ਦਸੂਏ ਦੇ ਉੱਤੇ ਹਾਂਜੀ ਉਹ ਦੱਸਦੇ 40 50 ਪਿੰਡ ਵਾਣਾ ਦੇ 40 50 ਡੋਗਰਾਂ ਦੇ ਮੁਸਲਮਾਨ ਉਹ ਮੈਂ ਕਿਹਾ ਜੀ ਉਹ ਮੈਂ ਕਿਹਾ ਬਾਕੀ ਆ ਇੱਕ ਪਿੰਡ ਉਹ 90% ਆਬਾਦੀ ਥੀ ਹੂੰ ਸਿਰਫ ਪੁਰਾਣੇ ਪਿੰਡ ਤਾਂ ਥੋੜੇ ਬਹੁਤੇ ਤੇ ਇਹ ਬੋਦਲਾਂ ਹੋਈਆਂ ਜਾਂ ਉਹ ਹੋਇਆ ਜਾਂ ਪੱਸੀ ਕੰਢੀ ਹੋਈ ਜਾਏ ਇਥੇ ਇਹ ਥੋੜੇ ਥੋੜੇ ਪਿੰਡ ਤੇ ਬਾਕੀ ਤਾਂ ਮੁਸਲਮਾਨ ਹੀ ਇਹ ਸਾਰੇ ਚੱਲ ਕੇ 45 45 ਪਿੰਡ ਤਾਂ ਪੰਘਾਲੀਏ ਰਾਦੇ ਇਹ ਅੱਛਾ ਉਹ ਜਿਹੜੇ ਹੁਣ ਮਕੇਰੀਆਂ ਤਹਿਸੀਲ ਬਾਣੀ ਉਹ ਵੀ ਵਿਚਾਈ ਸੀ ਉੱਥੇ ਵੀ ਮੁਸਲਮਾਨੀ ਸੀ ਸਾਰੇ ਉੱਤੇ ਸਾਰੇ लाਟੀ ਬੈਠੇ ਬਿਲਕੁਲ ਬਿਲਕੁਲ ਥੋੜੇ ਪਿੰਡ تھے ਜਿੱਦੇ ਇੱਧਰ ਬਾਕੀ ਸਭ लाटी ਆ ਅੱਛਾ ਬਾਬਾ ਜਿਹੜਾ ਤੁਹਾਡਾ ਏਰੀਆ ਦੇ ਹਨਾ ਇੱਥੇ ਹੋਰ ਤਾਂ ਨਹੀਂ ਨੁਕਸਾਨ ਹੋਇਆ ਇੱਕ ਜਿਹੜਾ ਮਸਤੀ ਵਾਲ ਦੀ ਬੜਾ ਮਸ਼ਹੂਰ ਆ ਇੱਥੇ ਦੇ ਨਾ ਜਿੱਦਾਂ ਬਜ਼ੁਰਗਾਂ ਦਵਾਈ ਸੁਣਦੇ ਆ ਉੱਥੇ ਬਜ਼ੁਰਗਾਂ ਦਾ ਤੇ ਬੱਚਿਆਂ ਔਰਤਾਂ ਦਾ ਜਿਹੜੇ ਪਿੱਛੇ ਰਹਿ ਗਏ ਸੀ ਉਹ ਉਹ ਇਹਨਾਂ ਦਾ ਨੇ ਉਹ ਇਲਾਕੇ 'ਚ ਹੋਇਆ ਬਾਤ ਇੱਥੇ ਦੇ ਨਹੀਂ ਉਹ ਪਹਾੜ ਦੇ ਹੈ ਵਿਚਾਰੇ ਉੱਪਰਲੇ ਪਹਾੜ ਦੇ ਇਹ ਤਾਂ ਨਿਕਲ ਗਏ ਜਿਹੜਾ ਮਸਤੀ ਵਾਲ ਦਾ ਨਾ ਜੀ ਜਿੰਨਾ ਕਿ ਸਾਨੂੰ ਪਤਾ ਲੱਗਾ ਬਜ਼ੁਰਗਾਂ ਨੂੰ ਹਾਂ ਉਹ ਜਿਹੜੇ ਸੀਗੇ ਨੌਜਵਾਨ ਉਹ ਤਾਂ ਪਹਿਲਾਂ ਨਿਕਲ ਗਏ ਜਿਹੜੇ ਬਜ਼ੁਰਗ ਸੀ ਉਹ ਘਰ ਰਹਿ ਗਏ ਸੀ ਤੇ ਉੱਥੇ ਇਹਨੇ ਬਜ਼ੁਰਗਾਂ ਦੀ ਬੜੀ ਕਤਲੋਕਾਰਤ ਹੋਈ ਆ ਬਜ਼ੁਰਗਾਂ ਦੇ ਇਦਾਂ ਹੋਈ ਜੀ ਹੁਣ ਤਾਂ ਉੱਥੇ ਪਿੰਡ 'ਚ ਦਸੂਹ ਹੋਈ ਹੂੰ ਇਸ ਤਰ੍ਹਾਂ ਹੋਇਆ ਜੀ ਭਈ ਜਿਹੜੇ ਤਾਂ ਰਾਤੋਂ ਰਾਤ ਨਿਕਲ ਗਏ ਨਾ ਤਗੜੇ ਥੇ ਦਸੂਹਾ ਕੈਂਪ ਥਾ ਉੱਧਰ ਹਰਿਆਣਾ ਕੈਂਪ ਥਾ ਰਹਿ ਗਏ ਕੇਈ ਵਿਚਾਰੇ ਰਹਿ ਗਏ ਬੁੱਢੇ ਠੇੜੇ ਉਹਨਾਂ ਦੇ ਨਾਲ ਫੇਰ ਹੈਲਪਰ ਉਹਨਾਂ ਦੇ ਔਰਤਾਂ ਜਾਂ ਪੋਤੀਆਂ ਜਾਂ ਪੋਤੇ ਰਹਿ ਗਏ ਨਾਲ ਪੇ ਚਲੇ ਜੀ ਉਹ ਵਿਚਾਰੇ ਮਾਰੇ ਗਏ ਅੱਛਾ ਜੀ ਉਹ ਮਾਰੇ ਗਏ ਆ ਆਠ ਆਠ ਠੀਕ ਹੁਣ ਪਿੱਛੇ ਜ਼ਮੀਨ ਕਰਾਹੀ ਦੋ ਤੋ ਤਤਾਲਾ ਸਾਡੇ ਉੱਥੇ ਅਸੀਂ ਪਿਆਲੀ ਲੈ ਤੇ ਲੱਗੇ ਆਠ ਆਠ ਠੀਕ ਇੱਕ ਇੱਕ ਤੋਂ ਹੋਏ ਜਦ ਪਈ ਹੋਤੀ ਅੱਛਾ ਕਿੱਥੇ ਨਿਕਲੇ ਕਰੰਗ ਨਿਕਲੇ ਆਠ ਆਠ ਇਕੱਠੇ ਅਗਰ ਬਾਰਿਸ਼ ਆ ਉਦੋਂ ਅਗਸਤ ਚ 7 ਦਿਨ ਬੜੀ ਤਵਰਦਸਤ بارش ਪਈ ਹੂੰ 47 ਜੁਲਾਈ ਅਗਸਤ ਮਹੀਨਾ ਇੱਧਰ ਸਾਡੇ ਬਹੁਤ ਵੱਡੀ بارش ਪਈ ਉਹਦੇ ਨਾਲ ਫਿਰ ਰੁੜ ਗਏ ਹੱਡਾ ਸਾਡਾ ਰੁੜ ਗਿਆ ਜਿਹੜੀ ਚ ਲਾਸ਼ਾਂ ਥੀਆਂ ਰੁੜ ਗਈਆਂ ਹੂੰ ਇਲਾ ਨੇ ਖਾਦੇ ਇਲਾ ਨੇ ਖਾਦੇ ਮਤਲਬ ਬੰਦੇ ਦੀ ਪਸ਼ੂਆਂ ਜਿੰਨੀ ਵੀ ਨਹੀਂ ਕਦਰ ਪਈ ਫੇ ਤਾਂ ਕਾਦੀ ਕਦਰ ਥੀ ਖੋਪਰੀਆਂ ਰੁਲਦੀਆਂ ਪਈਆਂ ਥੀਆਂ ਰਕੜ ਦਾ ਬੇਟੀ ਡੇਢ ਪੋਰੇ ਕਰਦਾ ਜੰਗਲ ਹੂੰ ਮਸਤੀ ਵਾਲ ਕਿੰਨੇ ਘਰ ਸੀ ਮਸਤੀ ਵਾਲ ਕਿੰਨੇ ਘਰ ਸੀ ਪਤਾ ਉੱਥੇ ਮਸਤੀ ਵਾਲ ਦੀ ਬਹੁਤ ਵੱਡਾ ਪਿੰਡ ਸੀ ਉਸ ਉਸ ਵੇਲੇ 500 ਘਰ ਦਾ ਉਸ ਵੇਲੇ 500 ਘਰ ਦਾ ਉਤੇ ਵੱਡਾ ਨਾਲ ਹੀ ਲੱਗਦਾ ਇਹ ਚੱਕ ਲਾਦੀਆਂ ਥਾ अच्छा ये दो पिंड हां मुसलमानਾਂ ਦਾ ਚੱਕ ਲਾਦੀਆਂ ਵੀ ਚੱਕ ਲਾਦੀਆਂ ਬਹੁਤ ਵੱਡਾ ਪਿੰਡ ਤਾਂ ਮੁਸਲਮਾਨਾਂ ਦਾ ਹੀ हां ਬਹੁਤ ਵੱਡਾ اچھا ਉਹ ਚ ਮਸੀ ਵਾਲ ਨਾਲੋਂ ਵੱਡਾ ਸੀ اچھا ਜੀ हां ਤੇ ਫਿਰ ਜਿਹੜੇ ਚੱਕ ਲਾਦੀਆਂ ਵਾਲੇ ਸੌਖੇ ਚਲ ਗਏ ਉਹ ਉੱਥੇ ਤਾਂ ਨਹੀਂ ਹੋਇਆ ਕੁਝ ਉੱਥੇ ਹੋਈ ਹੀ ਲੜਾਈ ਹਾਂ ਉੱਥੇ ਉੱਥੇ ਹਮਲਾ ਕੀਤਾ ਸੀ ਉਹ ਜਿਹੜੇ ਆਏ تھے ਨਾ ਸਰਦਾਰ ਘੋੜੀ ਤੇ ਹਾਂ ਉਹ ਆਏ ਸੇ ਉਧਰ ਉਹਨਾਂ ਕੋਲ ਬੰਬ ਬੂਮ ਵੀ ਥੇ ਉਨਾਰੀ ਘੋੜੀ ਨੂੰ ਗੋਲੀ ਲੱਗੀ ਸੀ ਉਹ ਮਰ ਗਈ ਸੀ ਜਟ ਉਹਨਾਂ ਦੀ ਘੋੜੀ ਸੀ ਅੱਛਾ ਜਿਹੜੇ ਆਏ ਸੀਗੇ ਇਹ ਦੇੜੇ ਸਾਲ ਹਮਲਾ ਕਰ ਹਾਂ ਅੱਛਾ ਜੀ ਉਹ ਸਾਡੇ ਪਿੰਡ ਵੀ ਆ ਰਹੇ ਨੋ ਮਸਤੀ ਆਉਦੇ ਹਮਲੇ ਤੇ ਉਹਨਾਂ ਨੇ ਬਾਅਦ ਜਿੱਲੇ ਉੱਥੇ ਕੀਤਾ ਹਮਲਾ ਤਾਂ ਉੱਥੇ ਗੋਲੀ ਲੱਗੀ ਅੱਛਾ ਬਬਈ ਮਸਤੀਵਾਲ ਵਿੱਚ ਪਾਰਟੀਸ਼ਨ ਤੋਂ ਪਹਿਲਾਂ ਇਹਦਾ ਪਾਰਟੀ ਨੇ ਸੋਈ ਹਾਂ ਤੇ ਪਾਕਿਸਤਾਨ ਇਹਦਾ ਹਿੰਦੁਸਤਾਨ ਹੈ ਲੇਕਿਨ ਉਦਾਂ ਵੈਸੇ ਬਣ ਚੁੱਕਿਆ ਹੈ ਪਾਕਿਸਤਾਨ ਨੇ ਪੜਨਾ ਤਾਂ ਹਿੰਦੁਸਤਾਨ ਬਣਿਆ ਇਦਾਂ ਦਾ ਏ ਨਾ ਲੋਕੇਸ਼ਨ ਅਸੋ ਦਸੀ ਜਿਹੜੀ ਡਿਵੀਜ਼ਨ થી ਪਏ ਇਧਰਲਾ ਪਾਸਾ ਇਧਰਲਾ ਪਾਸਾ ਇਦਾਂ ਅੱਛਾ ਜੀ ਉਸ ਪਹਿਲਾਂ ਪੜਦੇ تھے ਅਸੀਂ ਸਾਨੂੰ ਪਤਾ ਨਹੀਂ ਇਸ ਗੱਲ ਦਾ ਲੇਕਰ ਸਾਨੂੰ 2 ਮਹੀਨਿਆਂ ਦੀਆਂ ਛੁੱਟੀਆਂ ਸੀਆਂ ਹਾਂ ਕਿਸੇ ਪਾਸੇ ਆਪਣੇ ਸਾਹਮਣੇ ਹਿੰਦੂਆਂ ਮੁਸਲਮਾਨਾਂ ਦੀ ਲੜਾਈ ਨਸੋ ਹੋਈ ਹਾਂ ਪਹਿਲਾ ਮੋਰਚਾ ਜਿਹੜਾ ਮਸਤੀ ਵਾਲ ਲੱਗਾ ਸੀ ਸਭ ਤੋਂ ਪਹਿਲਾਂ ਪੰਜਾਬ ਚ ਹਾਂ ਅੱਛਾ ਜੀ ਸਭ ਤੋਂ ਪਹਿਲਾਂ ਤਾਂ ਇੱਥੇ ਕਿਤਾਬੇ ਉਹਨਾਂ ਨੇ ਸਲਾਹ ਬਣਾਈ ਥੀ ਕੋਈ ਚਲੋ ਇਹ ਲਾਗੇ ਪਿੰਡ ਹੈਗੇ ਇੱਕ ਦੋ ਇਹਨਾਂ ਤੇ ਹਮਲਾ ਕਰੀਏ ਪਤਾ ਲੱਗਿਆ ਇੱਧਰ ਵੀ ਫਿਰ ਤਿਆਰੀ ਹੋ ਗਈ ਇੱਧਰ ਨਗਾਰੇ ਜਿਹੜੇ ਥੇ ਉਹ ਪਜਾਂਦੇ ਸੀ ਨਗਾਰੇ ਅੱਛਾ ਜੀ ਉਦੋਂ ਉਹ ਪਾਸੇ ਏਲੀ ਏਲੀ ਦੇ ਜਾਕਾਰੇ ਲੱਗਦੇ ਸੀ ਮਸਤੀ ਵਾਲਾ ਲੱਗਦਾ ਇਹ ਫਿਰ ਕਿਹਾ ਹੋਇਆ ਪੇ ਇੱਧਰ ਵੀ ਇਕੱਠੇ ਹੋ ਗਏ ਉਹ ਵੀ ਤਿਆਰ ਥੇ ਮੁਸਲਮਾਨ ਵੀ ਉਹਨਾਂ ਕੋਲ ਤੇ ਅਸੀਂ ਕਿ ਲੜਾਈ ਦਿਖਣ ਲੜਾਈ ਦਿਖਣ ਆ ਮਨਿਆਣੇ ਚੱਲਦਾ ਖਾੜੇ ਚ ਹੋਇਆ ਆਂਬ ਦੇ ਆਂਬ ਪਰ ਚੜ ਕੇ ਇੱਕ ਪਾਸੇ ਅਸੀਂ ਦੇਖਦੇ ਸੀ ਅੱਛਾ ਜੀ ਉਹਨਾਂ ਕੋਲ ਤੇ ਬੜ ਬੜੇ ਲੰਮੇ ਪਰਛੇ ਹਮ ਮੁਸਲਮਾਨਾਂ ਕੋਲ ਇਹ ਤਿੰਨ 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 3.5 ਫੁੱਟੀਆਂ ਕਿਰਪਾਨਾਂ ਸੀਆਂ ਇੱਕ ਚਾਂਗ ਬਸੋਇਆ ਤੇ ਮੋਹਨ ਸਿੰਘ ਇੱਕ ਹੋ ਇੱਕ ਕਟਾਲੀਆਂ ਇਥੇ ਦਾ ਜੱਟ ਉਹ ਤਾਂ ਬਾਅਦ ਚ ਪਤਾ ਲੱਗਾ ਨਾ ਇਕ ਮਾਗੇ ਦਾ ਇਕ ਗੜ ਦਾ ਅੱਛਾ ਜੀ ਇਹ ਚਾਰ ਤੇ ਇਹਨਾਂ ਦੇ ਪਿੱਠਾ ਜੋੜ ਲਈਆਂ ਪਰ ਉਹ ਲੰਮੇ ਪਰਛੇ ਤੇ ਉਹਨਾਂ ਅੱਗੇ ਕਿਰਪਾਨ ਦਾ ਕਿਹਾ ਜਾਵੇ ਉਹਨਾਂ ਨੇ ਚਾਰੇ ਇਹ ਪਰਸ਼ਿਆਂ ਨਾਲ ਬੰਨ ਦਿੱਤੇ ਅੱਛਾ ਜੀ ਜਿਹੜਾ ਮੋਹਨ ਸਿੰਘ tha ਉਹਦਾ ਲੜਕਾ ਤਾਂ ਵਿਚਾਰਾ ਇੱਥਾ ਰਹਿੰਦਾ ਰਿਹਾ ਉਹਦੂ ਜੰਮਿਆ ਹੀ tha ਉਹ ਉਹ ਵੀ ਮਰ ਗਿਆ ਪਿੱਛੇ ਉਹ ਮੋਹਨ ਸਿੰਘ ਜਿਹੜਾ ਉਹ ਉਹਦੇ ਫੇ ਚੱਕ ਕੇ ਲੀਤਾ ਉਹ ਮਾਰ ਦਿੱਤਾ ਉੱਥੇ ਮਾਰੇ ਚਾਰ ਮਾਰੇ ਤੇ ਪਹਿਲੇ ਹਮਰੇ ਪੰਜਾਬ 'ਚ ਕਿਤਨ ਲੜਾਈ ਨਸੂ ਹੋਈ ਹਿੰਦੂ ਤੇ ਮੁਸਲਮਾਨਾਂ ਦੀ ਆਪ ਵਿੱਚ ਇੱਥੇ ਜ਼ੋਰ ਸੀ ਨਾ ਉਹਦਾ ਉਹਨਾਂ ਦਾ ਵੀ ਉਹ ਤਗੜੇ ਥੇ ਉਹ ਵੀ ਹੂੰ ਤਗੜੇ ਸੀ ਮੁਸਲਮਾਨ ਹੂੰ ਤੇ ਉਹ ਹੋਈ ਸੀ ਪਹਿਲੀ ਲੜਾਈ ਪੰਜਾਬ ਦੇ ਵਿੱਚ ਹੂੰ ਸਭ ਤੋਂ ਪਹਿਲਾਂ ਇੱਥੇ ਜਿਹੜੀ ਆਮਣੇ ਸਾਹਮਣੇ ਹੋਈ ਸੀ ਹੋਰ ਨਹੀਂ ਹੋਰ ਨਹੀਂ ਨਾ ਪਹਿਲਾਂ ਨਹੀਂ ਪਹਿਲਾਂ ਨਹੀਂ ਸੀਗਾ ਕੁਝ ਵੀ ਪਹਿਲੇ ਕਿਤੇ 300 ਹੋਈ ਹੂੰ ਪਹਿਲੇ ਕਿਤੇ 300 ਸਭ ਤੋਂ ਪਹਿਲਾਂ ਮਸਤੀ ਵਾਲ ਹੋਈ ਥੀ ਉਹਨਾਂ ਮੁਸਲਮਾਨਾਂ ਨੂੰ ਉਹਨਾਂ ਦਾ ਨੁਕਸਾਨ ਨਹੀਂ ਹੋਇਆ ਨਾ ਕੋਈ ਵੀ ਹਾਂ ਉਹਨਾਂ ਦਾ ਨੁਕਸਾਨ ਨਹੀਂ ਹੋਇਆ ਨਾ ਉਹ ਫਿਰ ਕੀ ਹੋਇਆ ਪਏ ਉਥੇ ਗਾਹਾਂ ਚੱਲੇ ਅੱਗ ਲਾਣ ਹਾਂ ਉਹਨਾਂ ਨੂੰ ਫਿਰ ਗੋਲੀਆਂ ਚ ਲਾਈਆਂ ਅੱਛਾ ਸੂਬੇਦਾਰ ਗੋਂਦਾ ਹਾਂ ਇਹ ਬੈਠੇ ਤੇ ਜੇਮੇਦਾਰ ਬਲਦੇਵ ਸਿੰਘ ਭਾਣੋਵਾਲ ਦਾ ਇੱਕ ਗੋਪਾਲਾ ਲੈਫਟੇਨੈਂਟ ਹਾਂ ਇਹ ਤੇ ਤਿਆਰ تھے ਇਹਨਾਂ ਨੇ ਫਿਰ ਚਲਾਈਆਂ ਗੋਲੀਆਂ ਤਾਂ ਫਿਰ ਉਹ ਚੱਲੇ ਪਿਛਾਂ ਨੂੰ ਮੁੜੇ ਹਾਂ ਨਹੀਂ ਤਾਂ ਅੱਗ ਲੱਗੇ ਲਾਣ ਤੋਂ ਪੰਬੋਵਾਲ ਦੇ ਕੁਝ ਪਿੰਡ ਦੇ ਲੱਗ ਅੱਛਾ ਗੋਲੀ ਫਿਰ ਰੁਕੇ ਤੇ ਬਾਕੀ ਜਿਹੜੇ ਸੇ ਛੋਟੀਆਂ ਕਿਰਪਾਨਾਂ ਵਾਲੇ ਦੌੜ ਆਇ ਤੇ ਹਮ ਆਪਣੇ ਇੱਧਰ ਲਈ ਹਿੰਦੂ ਦੌੜਦੇ ਰਹੇ ਜਿੱਦੋਂ ਲੜਾਈ ਹੋਈ ਜਿਹੜੇ ਇੱਧਰ ਦੌੜ ਗਏ ਜਿਹੜਾ ਮਸਤੀ ਵਾਲਾ ਸੀਗਾ ਨਾ ਉੱਥੇ ਵੱਡਾ ਸਕੂਲ ਵੀ ਸੀਗਾ ਉਹ ਬਣਿਆ ਥਾ ਅੱਛਾ ਜੀ ਉਹ ਬਣਿਆ ਥਾ ਚੜ੍ਹਦੇ ਪਾਸੇ ਸ਼ੇਖਾਂ ਦੇ ਬਰਾਬਰ ਬਾਗ ਜਿਆ ਮੁੰਬਾਂ ਦਾ ਉਹਨਾਂ ਤੇ ਬਣਿਆ ਥਾ ਤਾਂ ਸਾਡੇ ਨਾਲ ਜਿਹੜੇ ਮੁਸਲਮਾਨਾਂ ਦੇ ਪਿੰਡਾਂ ਦੇ ਪੜਦੇ ਹਨ ਉਹ ਫਿਰ ਉੱਥੇ ਦਾਖਲ ਹੋਏ ਤੇ ਅੱਛਾ ਜੀ ਫਿਰ ਜਿੱਲਾ 46 47 ਤੇ ਬਾਅਦ ਫਿਰ ਉਹ ਮੁੜ ਕੇ ਫਿਰ ਸਾਡੇ ਦਾਖਲ ਹੋਏ ਜਿਹੜੇ ਦੂਜੇ ਸੀ ਆਮ ਬੱਚੇ ਜਿਹੜੇ ਉਹ ਜਿਹੜੇ ਆਮ تھے ਜਿੱਦਾਂ ਜਿੱਦਾਂ ਦਲੀਪਾ ਹੁਣੀ ਤਾ ਹੋਰ ਨੇ ਹੁਣੀ ਇੱਕ ਕਰਾਲੀ ਦੇ ਹੈ ਇਹ ਵੀ ਆ ਦਰਮਿਆ ਦੇ ਮੁੰਡੇ ਉੱਥੇ ਦਾਖਲ ਹੋ ਗਏ ਇਹ ਇਹ ਵੀ ਫਿਰ ਆ ਕੇ ਤਾਂ ਬਾਅਦ ਚ ਸਾਡੇ ਨਾਲ ਦਾਖਲ ਹੋਏ 6ਵੇਂ 7ਵੇਂ ਵਿੱਚ ਠੀਕ ਹੈ ਜਿਹੜਾ ਇਮਤਿਹਾਨ ਹੋਣਾ ਸੀ 46 ਤੋਂ ਫਿਰ 47 ਜਨਵਰੀ ਚ ਹੋਇਆ ਫਿਰ ਜਾ ਗਿਆ ਉਹ 47 ਜਿਹੜਾ ਹੋਣਾ 88 48 ਜਨਵਰੀ ਚ ਹੋਇਆ ਤਾਂ ਜਾ ਕੇ 10ਵਾਂ ਦਾ ਪੰਜਾਬ ਦਾ ਇੰਤਾਨ ਅੱਛਾ ਜੀ ਹਾਂ ਤੇ ਜਿਹੜੇ ਜਦੋਂ ਤੁਹਾਡੇ ਇੱਥੇ ਉਜੜ ਕੇ ਚਲ ਗਏ ਹਨਾ ਹਾਂ ਜੀ ਅੱਛਾ ਉਹ ਸਮਾਨ-ਸਮੂਨ ਉਹਨਾਂ ਦਾ ਕੀ ਬਣਿਆ ਫੇ ਸਮਾਨ ਇੱਥੇ ਰਹਿ ਗਿਆ ਜਿੰਨ ਸਮਾਨ ਲਿਆ ਨਾ ਉਹਨਾਂ ਦਾ ਹਾਂ ਚੱਕ ਕੇ ਲਿਆਂਦਾ ਗਿਆ ਲੋ ਜਿਹੜਾ ਜਮਾਨ ਲਿਆ ਉਹਨਾਂ ਦਾ ਰਿਹਾ ਕੱਖ ਨਹੀਂ ਕੋਠੀਆਂ ਦਾਣੇ ਭਰੇ ਉਥੇ ਉਹਨਾਂ ਨੂੰ ਪਤਾ ਸੀ ਖਾਣੇ ਨਸੀਬ ਨਹੀਂ ਹੋਣੇ ਕਣਕਾਂ ਜਿਹੜੀਆਂ ਗਾਹ ਕਾ ਹਟੇ ਅਫਰੈਰ ਚਵਾਰ ਚ ਹੂੰ ਹੂੰ ਤਾਂ ਕੋਠੀਆਂ ਤੇ ਰੱਖੀਆਂ ਤੁਸੀਂ ਕਣਕਾਂ ਪਿੰਡਾਂ ਦੇ ਵਿੱਚ ਅੱਛਾ ਉਹ ਭਰੀਆਂ ਰਹਿ ਗਈਆਂ ਉਹਨਾਂ ਨੇ ਨਾਲ ਲੈਣੇ ਦੇ ਉਹਨਾਂ ਨੂੰ ਖਾਣੇ ਨਸੀਬ ਨਹੀਂ ਹੋਇਆ ਉਹਨਾਂ ਨੂੰ ਖਾਣੇ ਨਸੀਬ ਨਹੀਂ ਹੋਇਆ ਹੂੰ ਜਿਹੜੇ ਜਿਹੜੇ ਲੁੱਟਣ ਗਏ ਸੀ ਜਿਹੜਾ ਚਲੋ ਉਹ ਤਾਂ ਕਤਲੋਕਾਰਤ ਹੋ ਗਈ ਤੁਹਾਡੇ ਪਿੰਡਾਂ ਦੇ ਬੰਦੇ ਵੀ ਗਏ ਫੇ ਮਸਤੀਆਂ ਲਾ ਕੇ ਲਾ ਕੇ ਜਿੱਥੋਂ ਮਸਤੀਆਂ ਲਗੇ ਡੇਲੇ ਚਲੇਗੇ ਤਾਂ ਲੁੱਟਣਗੇ ਹਮ ਤਲ ਲਛਲ ਲਛਮਣ ਲੱਛੋ ਸਾਡੇ ਰਾਜਪੂਤ ਪੰਬਵਾਲ ਦਾ ਟੰਬਾ ਲਾਇਆ ਉਹ ਨਹੀਂ ਉਹ ਦੱਸਦਾ ਮਸ਼ੀਨ ਲੱਗਾ ਚੱਕਣ ਸਲਾਈ ਵਾਲੀ ਇੱਥੇ ਮੁਸਲਮਾਨ ਬਸਤੀ ਵਾਲੇ ਉਹ ਉਹਨਾਂ ਸਮਝਿਆ ਵੀ ਖਰੇ ਮੁਸਲਮਾਨ ਹੀ ਹੈ ਉਹਰੇ ਮਾਰਿਆ ਬਰਛਾ ਨੂੰ ਪਾਲ ਕੇ ਰੱਖ ਦਿੱਤਾ ਤਾਂ ਫੇ ਮਸ਼ਹੂਰਿਆ ਪੇ ਲੱਛੋ ਮਰ ਗਿਆ ਮਸ਼ੀਨ ਚੱਕਣ ਲੱਗੇ ਮਾਰਦਾ ਐ ਤੂੰ ਕਹ ਰਿਹਾ ਖਾ ਪਾਈਆਂ ਮਾਰੇ ਹਬਰ ਚਾਪ ਪਾਣੀ ਭਲੇਕੇ ਦੇ ਨਾਲ ਹੀ ਮਾਰਦਾ ਸੀ ਮੋਨਾ ਥਾ ਨਾ ਬਾਈ 47 ਚ ਉਹ ਝੜ ਕੇ ਚਲ ਗਿਆ ਨਾ ਮੁੜ ਕੇ এডਿਕੇਸ਼ਨ ਕਿੱਥੋਂ ਪ੍ਰਾਪਤ ਕੀਤੀ ਤੁਸੀਂ 47 ਮੈਂ ਤਾਂ ਹਾਜਕ ਆਪਣੀ ਆਪਣੀ ਮੈਂ ਮੈਂ ਆ ਰਾਜਪੂਤ ਹਾਈ ਸਕੂਲ ਜਿਹੜਾ ਪਿੰਡ ਵਾਲਾ ਉੱਥੇ 10ਵੀਂ ਪਾਸ ਕੀਤੀ ਹਾਂਜੀ ਉਥੇ ਬਾਅਦ ਮੈਂ ਜਲੰਧਰ ਚਲੇ ਗਿਆ ਹੂੰ ਜਿੱਦਤ ਮੈਂ ਖਾਲਸਾ ਕਾਲਜ ਕਾਲਰ ਕਾਲਜ ਤੇ ਪੜਿਆ ਥੋੜਾ ਅੱਛਾ ਫਿਰ ਮੈਂ ਰਾਤ ਨੂੰ ਇਹਦਾ ਹੀ ਹੁੰਦਾ ਸਭ ਕੁਝ ਮਜ਼ਦੂਰੀ ਕਰਵਾ ਦਿੰਦੀ ਆ ਫਿਰ ਮੈਂ ਫਾਈਨ ਆਰਟਸ ਦੀ ਜਿਹੜੀ ਆ ਉਹਦੀ ਡਰੈਗ ਵੀ ਕੋਰਸ ਦੀ ਡਿਗਰੀ ਮੈਂ ਕਰ ਸ਼ੁਰੂ ਕੀਤੀ ਉਹ ਫਿਰ ਮੇਰੇ ਕਰਦਾ ਰਾਤ ਨਾਈਟ ਕਲਾਸ ਹੋਇਆ ਉਹ ਫਿਰ ਮੇਰੇ 72% ਨੰਬਰ ਆਏ ਫਿਰ ਮੈਨੂੰ 2 ਮਈ 1955 ਤੇ ਨੌਕਰੀ ਮਿਲ ਗਈ ਹਾਈ ਸਕੂਲ ਚ ਅੱਛਾ ਜੀ ਹਾਈ ਸਕੂਲ ਚ ਪਹਿਲੇ ਮੈਨੂੰ ਫੌਜ ਵਿੱਚ ਭਰਤੀ ਕਰਿਆ ਇਹ ਤਾਂ ਡੋਗਰਾ ਸੈਂਟਰ ਹੁੰਦਾ ਥਾ ਅੱਛਾ ਤੇ ਮੈਂ ਮੈਂ ਬੋਲਣੀ ਅੰਗਰੇਜ਼ੀ ਉਹ ਪਹਾੜੀਏ ਚਾਰ-ਚਾਰ ਪੜਿਓ ਹਾਂ ਤਾਂ ਇਹ ਬੋਲੜ ਦਾ ਇਦਾਂ ਮੈਂ ਮੈਨੂੰ ਠੀਕ ਨਹੀਂ ਲੱਗਣਾ ਹਾਂ ਇਹਦਾ ਅੰਗਰੇਜ਼ੀ ਬੋਲਣੀ ਸਾਲੇ ਪਹਾੜੀਏ ਸੀ ਅੱਛਾ ਮੈਨੂੰ ਫੇਰ ਮੁਰਕਾ ਦੋ ਜਿਹਨ ਵਰਤੇਗਾ ਮੈਂ ਮੁਰਕਾ ਫੇਰ ਸ਼ੱਬ ਕੱਟ ਦੇ ਤਾਂ ਵਿੱਚਾ ਟ੍ਰੇਨਿੰਗ ਦੇ ਛੱਡ ਦਿੱਤਾ। ਅੱਛਾ ਜੀ। ਮਾਲਾ ਤੁਹਾਡੀ ਐਜੂਕੇਸ਼ਨ ਦੇ ਹਿਸਾਬ ਨਾਲ ਤੁਹਾਨੂੰ ਨੌਕਰੀ ਉਹ ਸੂਟ ਦੀ ਕੀਤੀ ਹੈ ਨਾ ਫੌਜ ਦੀ ਨਾਲ। ਫੌਜ ਦੀ ਨਾਲ। ਹਾਂ। ਮੇਰਾ ਰਵਾਇਤਾ ਨਾ। ਮੈਂ ਫਿਰ ਟੀਚਿੰਗ ਲੈਣ ਦੇ ਰਿਹਾ ਫਿਰ ਨਾਲ ਪੱਤਰਕਾਰੀ ਸ਼ੁਰੂ ਕਰ ਦਿੱਤੀ। ਅੱਛਾ ਜੀ। ਫਿਰ ਮੈਂ ਫਾਰਸੀ ਕੋ ਪੜਦਾ? ਨਾ। ਮੈਂ ਫਾਰਸੀ ਜ਼ਫਰਨਾਮਾ ਗੁਰੂ ਗੋਵਿੰਦ ਸਿੰਘ ਜੀ ਦਾ ਲਿਖਿਆ ਜ਼ਫਰਨਾਮਾ ਫਾਰਸੀ ਵਿੱਚ। ਹੂੰ। ਸਟੱਡੀਡ ਹਾਇਰ। ਅੱਛਾ ਜੀ। ਪੰਜਾਬ ਜਿਹੜੀ ਹਿਸਟਰੀ ਆ ਪੰਜਾਬ ਹਿਸਟਰੀ ਆ ਪਿੰਡਿਆ ਬੋਲ ਦਾ ਜੀਓਗ੍ਰਾਫੀ ਮੈਨੂੰ ਅੱਛੀ ਤਰ੍ਹਾਂ ਆਉਂਦਾ ਥਾ ਅੰਗਰੇਜ਼ੀ ਜਿਹੜੀ ਆ ਅਠਵੀਂ ਵਿੱਚ ਮੈਨੂੰ 12 ਦੇ 12 ਟੈਂਸ ਆਉਂਦੇ ਥੇ ਪੂਰੀ ਗ੍ਰਾਮਰ ਆਉਂਦੀ ਥੀ ਅੰਗਰੇਜ਼ੀ ਦੀ ਹੁਣ ਕਾ ਜਿਹੜਾ ਐਮਏ ਵਾਲਾ ਉਹ ਨਹੀਂ ਆਉਂਦਾ ਕੋਈ ਮੇਰਾ ਅੰਗਰੇਜ਼ੀ ਮੀਡੀਅਮ ਥਾ ਅੱਜ ਕੱਲ੍ਹ ਦੇ ਪੜ੍ਹਦੇ ਨੇ ਨਗਲਾ ਮਾਰ ਕੇ ਪਾਸ ਹਿਸਟਰੀ ਅੰਗਰੇਜ਼ੀ ਉਹ ਇਹਦੇ ਸਵਾਲ ਜਿਹੜੇ ਸੀ ਸਾਨੂੰ ਜੀਓਗ੍ਰਾਫੀ ਦੇ ਦਾ ਤਾਰੇ ਅੰਗਰੇਜ਼ੀ ਚਾਹੁੰਦੇ ਥੇ ਉਰਦੂ ਤੇ ਵਿੱਚ ਉਹਨਾਂ ਦਾ ਅਸੀਂ ਲਿਖਦੇ ਹੁੰਦੇ ਸੀ ਜਵਾਬ ਦੇਣਾ ਬਟ ਵਰਦੀ ਕਾਜ਼ ਦਾ ਆਫ ਦਾ ਡਾਊਨਫਾਲ ਆਫ ਦੀ ਮੋਗਲ एंपਾਇਰ ਹੂੰ ਉਹ ਬਾਦੀ ਫਾਊਂਡਰ ਆਫ ਮੋਗਲ एंपਾਇਰ ਜੈ ਇਦਾਂ ਤੇ ਆਉਣੇ ਮਨੋ ਜਿਹੜਾ ਜਫਰ ਨਾਮ ਆਇਆ ਉਹ ਵੀ ਉੱਤੇ ਵੀ ਆਪਣੇ ਸੱਚ ਕੀਤੀ ਆ ਜੀ ਉਹ ਜਫਰ ਨਾਮਾ ਮੈਂ ਪੜਿਆ ਜੀ ਗੁਰੂ ਗੋਬਿੰਦ ਸਿੰਘ ਦਾ ਹਾਂ ਉਹਦੇ ਤੇ ਫਿਰ ਮੈਂ ਇੱਕ 75 ਨਾਟਕ ਜਿਹੜਾ ਹਾਂਜੀ ਉਹਦੇ 8 ਚੈਪਟਰ 9 ਚੈਪਟਰ ਨੇ ਹੂੰ ਉਦੇ ਤੇ ਮੈਂ ਪੜੇ ਗੁਰੂ ਗੋਬਿੰਦ ਸਿੰਘ ਜੀ ਦੇ ਲਿਖਿਓ ਕਿ ਪਹਿਲਾ ਹੁੰਦਾ ਫਸਟ ਲੋਨ ਦਾ ਕੈਪਟਲ ਤੇ ਪੇ ਕਿਦਾਂ ਉਹਨਾਂ ਨੂੰ ਹੁਕਮ ਹੋਇਆ ਤੁਸੀਂ ਜਨਮ ਲਾ ਇੱਕ ਸੰਸ ਤੇ ਜਿਹੜੇ ਲੋਕ ਹੈ ਉਹਦਾ ਅਰਥ ਹੈ ਜਦੋਂ ਜਦੋਂ ਪਾਪ ਵੱਧਾ ਜਾਂ ਜਿਆਦਾ ਜ਼ੁਲਮ ਛੁਟਮ ਹੁੰਦਾ ਉਹ ਲੈ ਜਿਹੜਾ ਖੁਦਾ ਉਹ ਕਿਸੇ ਚੇਤੀ ਰੂਹ ਨੂੰ ਭੇਜਦਾ ਇਨਸਾਨੀ ਜਨਮ ਲੈ ਜਿਨੇ ਪੀਰ ਪੈਗੰਬਰ ਹੋਏ ਜਨਮ ਲਿਆ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਜਨਮ ਹੋਇਆ ਤੋਂ 12 1242 ਸਾਲ ਮਿਲੇ ਕਹਿੰਦੇ ਇਹਨਾਂ ਹੁੰਦੀ ਪਾਰਤਾਲ ਜਿੱਦਾਂ ਸੁਣਿਆ ਜਿੱਦਾਂ ਪੜਿਆ ਇਹ ਤਾਂ ਬਹੁਤ ਘੱਟ ਮਿਲੇ ਇਨਾਂ ਪਾਪ ਕਿਤਾ ਕਰੋਗਾ ਇਹ ਤੁਸੀਂ ਜਾਓ ਤੁਹਾਡੇ ਪਿੱਛੇ ਹੋਰ ਵੀ ਆਉਣਗੇ ਉਹ ਤੁਹਾ ਤੋਂ ਪਹਿਲਾਂ ਵੀ ਚਲੇ ਆਉਣਗੇ ਇਹ ਕਿਸੇ ਨੂੰ ਪਤਾ ਕਿਸੇ ਨੇ ਕਿਤੇ ਪੜਿਆ ਕਿਤੇ ਬੈਠਿਆ ਉਹ ਕੌਣ ਅੱਛਾ ਜ਼ਫਰਨਾਮਾ ਦਾ ਸੁਣਾਓ ਜੇ ਆਉਂਦਾ ਤਾਂ ਜ਼ਫਰਨਾਮਾ ਹੋਮਾ ਕਾ ਤੋਰਾ ਫਰਸ਼ਾਹੀ ਦੀ ਪਨਾਹੀ ਬਦਾ ਹਾ ਹਾ ਲਿਖ ਦੇ ਨਾ ਔਰੰਗਦੇਵ ਤੂੰ ਇਨੀ ਫੌਜ ਔਰ ਲਖਸ਼ਰਾਂ ਇੰਨੇ ਤੂੰ ਟੈਟਰ ਚਲਾਣਾ ਨਾ ਤੂੰ ਕਰਨਾ ਯਾਦ ਰੱਖ ਤੇਰੇ ਭਗਤ ਚ ਉੜ ਜਾਣਗੇ ਹੂੰ ਇਹ ਜਵਾਬ ਨਾ ਇਹ ਲਿਖਿਆ ਉਹਨਾਂ ਨੇ ਹੂੰ ਯਾਦ ਰੱਖ ਤੈਨੂੰ ਦੁਨੀਆ ਹੁਣ ਤਾਂ ਤੁਮਰਸਕਾਰ ਗੁਰੂ ਆਦਮੀ ਕੀ ਕਰਦੀ ਉਹਨਾਂ ਤਾਂ ਨਹੀਂ ਕਰਦਾ ਕੋਈ ਉਹਨਾਂ ਨੇ ਤਾਂ ਦਿਨ ਬਣਾਦਾ ਕੋਈ ਅੱਛਾ ਬਾਬਾ ਜੀ ਜਦੋਂ ਤੁਸੀਂ ਪੜ੍ਹਦੇ ਸੀਗੇ ਨਾ ਉਸ ਵੇਲੇ ਇੱਕ ਤਾਂ ਉਰਦੂ ਸੀਗੀ ਹੈ ਨਾ ਹਾਂ ਹਿੰਦੀ ਪੰਜਾਬੀ ਤਾਂ ਨਹੀਂ ਹੋਣੀ ਇੱਥੇ ਉਸ ਦੀ ਹਿੰਦੀ ਸੀ ਹਿੰਦੀ ਵੀ ਸੀਗੀ ਹੈ ਹਾਂ ਜੀ ਤੇ ਫਾਰਸੀ ਫਾਰਸੀ ਜਿਹੜੀ ਚੌਥੀ ਤਾਂ ਪੜ੍ਹੀ ਮੈਂ ਅੱਛਾ ਆ ਫਾਰਸੀ ਵੀ ਪਰਦਾਦੇ ਠੀਕ ਆ ਤਾਂ ਉੱਥੇ ਜਦੋਂ ਇੱਕ ਫਾਰਸੀ ਲਿਸਨ ਟੂ ਮੀ ਬਾਟਾ ਇਥੇ ਫਾਰਸੀ ਦੇ ਲਫ਼ਜ਼ ਜਿਹੜੇ ਨਾ ਉਹ ਸੰਸਕ੍ਰਿਤ ਨਾਲ ਮਿਲਦੇ ਆ ਅੱਛਾ ਜੀ ਜਿੱਦਾਂ ਘੋੜਾ ਅਸ਼ਵ ਕਹਿੰਦੇ ਅਸ਼ਵ ਹਮ ਮਨੁਸ਼ ਮਨੁੱਖ ਹਮ ਇਤਾਂ ਦੇ ਲਫ਼ਜ਼ ਕਈ ਜਿਹੜੇ ਆਦਮੀ ਦੇ ਬਹੁਤ ਮਿਲਦੇ ਹਾਂ ਹਿੰਦੀ ਨਾਲ ਜ਼ਿਆਦਾ ਮਿਲਦੇ ਆ ਨਾ ਸਾਂਸਕ੍ਰਿਤ ਨਾ ਸਾਂਸਕ੍ਰਿਤ ਨਾ ਠੀਕ ਆ ਸਾਂਸਕ੍ਰਿਤ ਨਾ ਫਾਰਥੀ ਨਹੀਂ ਨਾ ਹਾਂ ਅਸਲ ਹਮੀ ਅਸੋਹ ਹਮੀ ਅਸੋਹ ਹਮੀ ਅਸ ਗਰ ਰੂਏ ਫਰਦੋਸ ਫਰਦੂਏ ਰੱ ਅ ਤੋੜ ਕੇ ਬਾਬਰੀ ਤੇ ਲਿਖਿਆ ਅਕਬਰ ਨੇ ਅਗਰ ਦੁਨੀਆ ਤੇ ਸਵਰਗ ਹੈ ਨਾ ਬਾਬਰ ਨੇ ਅਗਰ ਦੁਨੀਆ ਤੇ ਸਵਰਗ ਹੈ ਤੋ ਜੇ ਇਹ ਕਿਥੇ ਕਸ਼ਮੀਰ ਦੇ ਪਾਰੇ ਤੇਨ ਕੀਤਾ ਗਰ ਫਰਦੋਸ ਬਰ ਰੂਏ ਜ਼ਮੀਅਤ ਹਮੀ ਅਸੋਹ ਹਮੀ ਅਸੋਹ ਹਮੀ ਅਸ ਤੋ ਮੈਨ ਹੈ ਅਛਾ ਬਾਬਾ ਜੀ ਹੁਣ ਦੇਖੋ 74 75 ਵਰੀ ਹੋ ਚਲੇ ਹਨ ਜਿਹੜੇ 47 ਦੇ ਅਜਾੜਿਆਂ ਨੂੰ ਜਿਹੜੇ ਸਾਡੇ ਹਿੰਦੂ ਸਿੱਖ ਉਧਰੋਂ ਆਏ ਮੁਸਲਮਾਨ ਉਧਰ ਗਏ ਨਾ ਤੁਹਾਡੇ ਹਿਸਾਬ ਦੇ ਨਾਲ ਮੰਨ ਲਓ ਇਹ ਹੋਇਆ ਕਿਉਂ ਆ ਇਕੱਠੇ ਇੱਥੇ ਵੀ ਰਹਿ ਵੀ ਤਾਂ ਸਕਦੇ ਸੀਗੇ ਅੱਗੇ ਵੀ ਜਦੋਂ ਸਦੀਆਂ ਤੋਂ ਰਹਿ ਰਹੇ ਸੀ ਸਦੀਆਂ ਤੋਂ ਰਹਿ ਰਹੇ تھے ਰਹਿ ਸਕਦੇ ਸੇ ਇੱਕ ਤਾਂ ਕੋਈ ਜਿਹੜਾ ਹੰਦਾ ਕੈਨ ਨਾ ਟੂ ਬੀ ਵਰ ਬਟ ਐਵਰ ਇਜ਼ਨ ਨੋਟਡ ਥੈਟ ਕੈਨ ਨਾ ਟੂ ਬੀ ਬਲੋਟਡ ਜੋ ਹੁਣੀ ਹੁੰਦੀ ਆ ਹੋ ਕੇ ਰਹਿੰਦੀ ਆ ਉਹ ਬਲਵਾਨ ਹੋਣੀ ਸਾਰਿਆਂ ਤੋਂ ਬਲਵਾਨ ਕੋਈ ਚਾਹੁੰਦਾ ਹੋਵੇ ਸਾਡੇ ਨਾਲ ਇਦਾਂ ਹੋਵੇ ਪਰ ਹੋਣੀ ਹੋਣੀ ਹੋ ਕੇ ਜਮਾਨਾ ਪਲਟਿਆ ਜਮਾਨੇ ਦੀ ਹੋਵਾ ਕੋਈ ਭਗਤੀ ਐਸਾ ਤਾਂ ਕੋਈ ਚਾਹੁੰਦਾ ਸੀ ਮਰੀਏ ਜਾਂ ਮਾਰੀਏ ਹਾਲਾਤ ਐਸੇ ਹੁੰਦੇ ਕੁਦਰਤ ਦੇ ਰੰਗ ਹੁੰਦੇ ਆ ਇਹ ਪਹਿਲੇ ਇਤਿਹਾਸ ਪੜਦੇ ਆ ਜਦ ਗੁਰੂ ਗੋਬਿੰਦ ਸਿੰਘ ਦੀਆਂ ਧਾਰਮਿਕ ਲੜਾਈਆਂ ਹੋਈਆਂ ਇਹ ਹੋਈਆਂ ਕਹਿੰਦੇ ਵੀ ਉਹ ਹੀ ਜਾਣੇ ਮਹਾਰਾਜ ਦੀ ਜਾਣੇ ਖੁਦਾ ਹੀ ਜਾਣੇ ਬਿਲਕੁਲ ਅੱਛਾ ਬਾਬਾ ਜੀ ਹੁਣ ਜਿਹੜੇ ਤੁਹਾਡੇ ਨਾਲ ਕੋ ਪੜਿਆ ਸੀਗਾ ਨਾ ਪੜੇ ਤੁਹਾਡੇ ਮਿੱਤਰ ਸੀਗੇ ਜੇ ਹੋ ਸਕਦਾ ਜੇ ਕੋਈ ਉਹਨਾਂ ਚ ਹੋਵੇ ਜਿਹੜੇ ਤੁਹਾਡੇ ਕਲਾਸ ਫੈਲੋ ਸੀਗੇ ਹਨਾ ਉਹਨਾਂ ਦਾ ਸੁਨੇਹਾ ਜ਼ਰੂਰ ਦੱਸਿਓ ਵੀ ਮੈਂ ਭਾਈ ਹੈਗਾ ਹੋ ਸਕਦਾ ਉਹ ਵੀ ਕਿਤੇ ਹੋਵੇ ਮੈਂ ਹੁਣ ਕਿਆ ਕਰਾਂ ਮੈਂ ਤਾਂ ਹੁਣ ਇੱਕੋ ਹੀ ਫਿਕਰਾ ਕਰਦਾ ਨਾ ਕੋਈ ਰਹਾ ਹੈ ਨਾ ਕੋਈ ਰਹੇਗਾ फक्त ਨਾਮ ਅੱਲਾ ਹੀ ਅੱਲਾ ਰਹੇਗਾ ਉਹਦਾ ਨਾਮ ਰਹਿਣਾ ਹੋਰ ਕਿਆ ਹੈ ਜੀ ਕੋਈ ਨਹੀਂ ਰਹਾ ਹਾਂ ਠੀਕ ਹੈ ਜੀ ਬਾਬਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਇਹ ਕੀਤੀਆਂ ਬਜ਼ੁਰਗਾਂ ਨਾਲ ਗੱਲਾਂ ਬਾਤਾਂ ਦੋਸਤੋ ਜੇ ਤੁਹਾਨੂੰ ਵੀ ਲੱਗਦਾ ਵੀ ਤੁਹਾਡੇ ਵੀ ਕੋਈ ਗਲੀ ਗਵਾਨ ਕੋ ਮਹੱਲੇ ਦੇ ਬਜ਼ੁਰਗ ਹੈਗਾ ਨਾ ਜਿਹਦੀ ਵੀਡੀਓ ਆ ਉਹ ਸਾਡੇ ਚੈਨਲ ਤੇ ਆਉਣੀ ਚਾਹੀਦੀ ਆ ਕਿਉਂਕਿ ਜਿਹੜੇ ਬਜ਼ੁਰਗ ਆ तकरीबन ਇਸ ਵੇਲੇ 1% ਰਹਿ ਗਏ ਆ ਜਿਨ੍ਹਾਂ ਨੂੰ 47 ਬਾਰੇ ਕੁਝ ਪਤਾ ਆ ਤੇ ਸਾਡੀ ਵੀ ਕੋਸ਼ਿਸ਼ ਇਹ ਆ ਵੀ ਉਹਨਾਂ ਦੀਆਂ ਇਹਨੀਆਂ ਯਾਦਾਂ ਆ ਅਸੀਂ ਆਪਣੇ ਪ੍ਰੋਗਰਾਮ ਦੇ ਥਰੂ ਜੜੀਆਂ ਸਮੋਹ ਕੇ ਤਾਂ ਤੁਹਾਡੇ ਤੱਕ ਲੈ ਕੇ ਆਈਏ ਨਾ ਜੀ ਤੇ ਗਾਹ ਮਿਲਦੇ ਆਂ ਜੀ ਇੱਕ ਨਵੀਂ ਵੀਡੀਓ ਵਿੱਚ ਉਦੋਂ ਤੱਕ ਲਈ ਜੀ ਖੁਦਾ ਹਾਫਿਜ਼ ਰੱਬ ਰੱਖਾ ਅੱਛਾ ਰਹੇ ਜੀ